ਸਤਨਾਮ ਸ਼੍ਰੀ ਵਾਹਿਗੁਰੂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦਹੋ ਪੁਰਖ ਬਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸ ਮਲ ਜਾਹੇ ਨਾਇ ਰਾਮਦਾਸ ਸਰ ਤੇਰੇ ਦਰਬਾਰ ਦੀ ਸੋਭਾ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ ਸਾਈਆਂ ਫਿਰ ਦੇ ਵਸਾਈ ਜਾਵਾਂ
ਬਚਨ ਅਮੋਲਕ ਸਾਈਆਂ ਫਿਰ ਤੇ ਵਸਾਈ ਜਾਵਾ। ਕੁਝ ਮਿਲਦਾ ਇਥੋਂ ਝੋਲੀ ਵਿੱਚ ਪਾਈ ਜਾਵਾ, ਜੋ ਵੀ ਕੁਝ ਮਿਲਦਾ ਇਥੋਂ ਝੋਲੀ ਵਿੱਚ ਪਾਈ ਜਾਵਾ। ਹਰਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ, ਹਰਦਮ ਮੈਂ ਗਾਈ ਜਾਵਾਂ ਦਰਬਾਰ ਦੀ ਸੋਭਾ, ਹਰਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ, ਹਰਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ। ਮਿਲੋ ਮੇਰੀ ਮਾਈ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ, ਪਿਆਸ ਮਨ ਲਾਗੀ ਦਰਸ ਤੇਰੇ ਕੀ, ਪਿਆਸ ਮਨ ਲਾਗੀ ਦਰਸ ਤੇਰੇ ਕੀ, ਪਿਆਸ ਮਨ ਲਾਗੀ ਦਰਸ
तरस तेरे की, प्यास मन लागी 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 तरस तेरे की। खुद आके अरदास हमारी, सब तेरी वड्याई, ना जाने मेरा। श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हो, आओ सब तो पहला गुरु बख्शी फतेह बुलाइए, प्यार सत्कार और श्रद्धा दे नाल सब माई भाई आखो वाहिगुरु जी का खालसा वाहिगुरु जी की फतेह। अज आपां सारे नगर ढड्डे विखे गुरु तेग बहादुर महाराज नौवें पातशाह जी दे पावन पवित्र अस्थान, जिथे के सतगुरु महाराज दुपहरा कट के इस धरती नूं पूजन योग बना गए, आपां नूं भी इस पावन पवित्र अस्थान ते हाजरी भरन दा समां मिलिया है। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠੇ ਹਾਂ। ਇਹ ਸੱਚਾਈ ਹੈ ਕਿ ਜਦੋਂ ਹੋਰਾਂ ਪਾਸਿਆਂ ਤੋਂ ਸਾਡਾ ਮਨ ਟੁੱਟ ਜੇ, ਇੱਕੋ ਇੱਕ ਮਾਲਕ ਦਾ ਆਸਰਾ ਤੱਕ ਕੇ ਅਰਦਾਸ ਕਰੀਏ, ਉਹ ਵੀ ਹੋ ਜਾਂਦਾ ਹੈ ਜੋ ਕਦੇ ਗੁਰਮੁਖ ਪਿਆਰਿਓ ਹੋਇਆ ਹੀ ਨਹੀਂ ਹੁੰਦਾ। ਪ੍ਰਹਿਲਾਦ ਭਗਤ ਨੇ ਅਰਦਾਸ ਕੀਤੀ ਤੇ ਗੁਰਬਾਣੀ ਵਿੱਚ ਵੀ ਲਿਖਿਆ, ਇਤਿਹਾਸ ਵੀ ਦੱਸਦਾ, ਲੋਹੇ ਦਾ ਥੰਮ ਪਾੜ ਕੇ ਨਰਸਿੰਘ ਰੂਪ ਪ੍ਰਗਟ ਹੋ ਗਿਆ। ਕਬੀਰ ਜੀ ਮਹਾਰਾਜ ਨੇ ਅਰਦਾਸ ਕੀਤੀ, ਗੁਰਮੁਖ ਪਿਆਰਿਓ ਪਰਮਾਤਮਾ ਨੇ ਉਹਨਾਂ ਦੀ ਲਾਜ ਰੱਖੀ। ਨਾਮਦੇਵ ਜੀ ਮਹਾਰਾਜ ਨੇ ਅਰਦਾਸ ਕੀਤੀ, ਮੇਰੇ ਸਤਿਗੁਰੂ ਗਰੜ ਤੇ ਚੜ ਕੇ ਆਏ, ਪ੍ਰਤੱਖ ਦਰਸ਼ਨ ਵੀ ਦਿੱਤੇ, ਉਹਨਾਂ ਨੂੰ ਬਚਾਇਆ ਗੁਰਮੁਖ। ਤਾਂ ਹੀ ਕਿਹਾ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ। ਕਈ ਵਾਰੀ ਸਾਡਾ ਮਨ ਹੁੰਦਾ ਖਿੰਡਿਆ ਵੀ ਉਹ ਵੀ ਹੈਗਾ ਉਹ ਵੀ ਹੈਗਾ, ਫਿਰ ਇੱਕ ਤੇ ਵਿਸ਼ਵਾਸ ਨਹੀਂ ਵੱਜਦਾ। ਜਦੋਂ ਦਿਲੋਂ ਅਰਦਾਸ ਕਰਾਂਗੇ ਉਹਨੂੰ ਪਰਮਾਤਮਾ ਮਨਜ਼ੂਰ ਕਰਦਾ ਹੈ। ਪਰ ਔਖੀ ਗੱਲ ਹੈ, ਮੁਸ਼ਕਿਲ ਤੋਂ ਜੇ ਹੈ ਜੇ ਮੁਸ਼ਕਿਲ ਸੇ ਹੋਤੀ ਹੈ,
ਪਰ ਵਾਹਿਗੁਰੂ ਕਿਰਪਾ ਕਰੇ। ਆਓ ਮਹਾਰਾਜ ਮੂਹਰੇ ਅਰਦਾਸਾਂ ਬੇਨਤੀਆਂ ਕਰੀਏ ਤਾਂ ਕਿ ਆਪਣਾ ਵੀ ਅਤੇ ਸੁਣਨ ਵਾਲਿਆਂ ਦਾ ਵੀ ਸਾਰੇ ਸੰਸਾਰ ਦਾ ਹੀ ਭਲਾ ਹੋ ਸਕੇ, ਕਿਉਂਕਿ ਗੁਰੂਆਂ ਦੇ ਬੋਲ, ਸੰਤਾਂ ਮਹਾਂਪੁਰਖਾਂ ਦੇ ਬੋਲ ਜਿਹੜੇ ਵੀ ਹੁੰਦੇ ਆ ਨਾ, ਉਹ ਸਾਰੇ ਸੰਸਾਰ ਵਾਸਤੇ ਸਾਂਝੇ ਹੁੰਦੇ ਆ। ਗੁਰੂ ਅਰਜਨ ਦੇ ਮਹਾਰਾਜ ਦਾ ਪਵਿੱਤਰ ਸ਼ਬਦ ਪਹਿਲਾਂ ਸੁਣੋ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਜਦੋਂ ਸੋਹਿਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਨਾ, ਉਹਦੇ ਵਿੱਚ ਇਹ ਸ਼ਬਦ ਆਉਂਦਾ ਅਤੇ ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਪੜ੍ਹਨਾ ਹੋਵੇ, 13 ਅੰਗ 'ਤੇ ਹੈ ਸ਼ੁਰੂ ਸ਼ੁਰੂ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਮੁਕਤੀ ਚਾਹੁੰਦਾ ਹੈ, ਤਾਂ ਸਾਧੂਆਂ ਦੀ ਸੰਗਤ ਕਰ। ਲਓ ਸੁਣੋ ਬਾਣੀ, ਸੱਚੇ ਪਾਤਸ਼ਾਹ ਜੀ ਕੀ ਦੱਸ ਰਹੇ ਹਨ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਹਿੰਦੇ ਰਾਗ ਗੌੜੀ ਇਹ ਪੂਰਬ ਦੇ ਇਲਾਕੇ ਵਿੱਚ ਗਾਇਆ ਜਾਣ ਵਾਲਾ ਰਾਗ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਬਚਨ ਕਹਿੰਦੇ ਹਨ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਹਿੰਦੇ ਜਿਹੜਾ ਇਹ ਤੇਰਾ ਸਰੀਰ ਹੈ ਨਾ, ਇੱਥੇ ਸ਼ਬਦ ਵਰਤਿਆ ਨਗਰ, ਪਿੰਡ, ਆਪਾਂ ਪਿੰਡ ਕਹਿੰਦੇ ਹਾਂ ਜਿੱਥੇ ਨਗਰ ਵਸਿਆ ਹੁੰਦਾ, ਦੁਨੀਆ ਬਹੁਤ ਵਸਦੀ ਹੋਵੇ, ਵੀ ਆ ਫਲਾਣਾ ਨਗਰ ਆ ਗਿਆ, ਕਈ ਪਿੰਡ ਕਹਿ ਦਿੰਦੇ ਆ। ਅਤੇ ਮਾਲਕ ਨੇ ਸਾਡੇ ਸਰੀਰ ਨੂੰ ਵੀ ਨਗਰ ਕਿਹਾ, ਪਿੰਡ ਕਿਹਾ, ਕਿਉਂਕਿ ਇਹਦੇ ਵਿੱਚ ਵੀ ਬਹੁਤ ਕੁਛ ਹੈ ਗੁਰਮੁਖ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਤੇਰਾ ਸਰੀਰ ਰੂਪੀ ਪਿੰਡ ਹੈ, ਨਗਰ ਹੈ, ਇਹ ਕਾਮ ਦਾ ਕ੍ਰੋਧ ਦਾ ਭਰਿਆ ਹੋਇਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਅਤੇ ਇਹਦੇ ਕਰਕੇ ਹੀ ਜ਼ਿਆਦਾਤਰ ਗਲਤੀਆਂ ਹੁੰਦੀਆਂ, ਅਪਰਾਧ ਹੁੰਦੇ ਆ, ਜਾਂ ਤਾਂ ਗੁੱਸੇ ਵਿੱਚ ਅਤੇ ਜਾਂ ਕਾਮ ਕਰਕੇ ਅਸੀਂ ਕਿੰਨੇ ਗਲਤ ਕਰਮ ਕਰ ਜਾਂਦੇ ਹਾਂ। ਗੁਰੂ ਪੰਜ ਤੱਤ ਮਾਲਕ ਨੇ ਪਾਏ ਨੇ, ਇਹਨਾਂ ਨੂੰ ਖਤਮ ਨਹੀਂ ਕਰ ਸਕਦੇ, ਪਰ ਮਹਾਰਾਜ ਕਹਿੰਦੇ ਕਾਬੂ ਜ਼ਰੂਰ ਰੱਖਣੇ। ਹੁਣ ਬਿਜਲੀ ਹੈ, ਸਾਡੇ ਬੱਲਬ ਚੱਲ ਰਹੇ ਹੈ, ਪੱਖੇ ਚੱਲ ਰਹੇ ਹੈ, ਪਰ ਇਹਦੀ ਇੱਕ ਲਿਮਿਟ ਹੈ, ਜਿੱਦੇ ਲੋੜ ਤੋਂ ਵੱਧ ਆ ਜੇ ਸਾਰਾ ਕੁਛ ਹੀ ਸਾੜ ਕੇ ਧਰ ਦਿੰਦੀ ਹੈ। ਗੁਰੂ ਵਰਤਣ ਦਾ ਤਰੀਕਾ ਇਸੇ ਬਿਜਲੀ ਤੋਂ, ਹੀਟਰ ਚੱਲੀ ਜਾਂਦੇ ਹੈ, ਗਰਮੀ ਪੈਦਾ ਹੋ ਰਹੀ ਹੈ, ਇਸੇ ਬਿਜਲੀ ਤੋਂ ਏਸੀ ਵੀ ਚੱਲੀ ਜਾਂਦੇ, ਆਪਾਂ ਠੰਡਕ ਮਹਿਸੂਸ ਕਰਦੇ ਹਾਂ। ਅਤੇ ਪਿਆਰਿਓ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਕਾਮ ਵੀ ਜ਼ਰੂਰੀ ਹੈ, ਸੰਸਾਰ ਦਾ ਵਾਧਾ ਜ਼ਰੂਰੀ ਹੈ। ਧੀ ਪੁੱਤ ਵਿਆਹ ਦਿਓ, ਜੇ ਅੱਗੇ ਬਾਲ ਬੱਚੇ ਪੈਦਾ ਨਾ ਹੋਣ ਫਿਰ ਆਪਾਂ ਦਵਾਈਆਂ ਦਵਾਉਂਦੇ ਹਾਂ, ਪਰ ਇੱਕ ਹੱਦ ਹੈ। ਗੁਰੂ ਮਹਾਰਾਜ ਕਹਿੰਦੇ ਕਾਬੂ 'ਚ ਰੱਖ ਕ੍ਰੋਧ ਨੂੰ ਵੀ, ਕਾਮ ਨੂੰ ਵੀ, ਪਰ ਜੇ ਇਹਨੂੰ ਰੱਖਣਾ ਤਾਂ ਫਿਰ ਸਾਧੂਆਂ ਦੀ ਸੰਗਤ ਕਰਕੇ ਪਤਾ ਲੱਗਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ।
ਇਹ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ। ਇਸੇ ਕਰਕੇ ਪਾਤਸ਼ਾਹ ਦੱਸ ਰਹੇ ਹਨ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਸਤਿਗੁਰੂ ਕਹਿੰਦੇ ਧੁਰ ਤੋਂ ਲਿਖੀ ਹੋਈ ਲਿਖਤਕਾਰ ਉਹ ਵੀ ਨਾਲ ਨਾਲ ਚੱਲਦੀ ਹੈ, ਪਰ ਜੋ ਲਿਖਿਆ ਹੋਇਆ ਹੈ ਉਹਨੂੰ ਮਿਟਿਆ ਤਾਂ ਨਹੀਂ ਜਾ ਸਕਦਾ। ਗੁਰੂ ਪਾਤਸ਼ਾਹ ਹੀ ਕਹਿੰਦੇ ਨੇ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਕਹਿੰਦੇ ਜੋ ਲਿਖਤਾ ਲੇਖ ਉਹਨੂੰ ਮਿਟਿਆ ਤਾਂ ਨਹੀਂ ਜਾ ਸਕਦਾ, ਪਰ ਇੱਕ ਗੱਲ ਹੈਗੀ ਗੁਰੂ ਕਿਰਪਾ ਕਰੇ, ਕਹਿੰਦੇ ਸੂਲੀ ਦਾ ਦੁੱਖ ਸੂਲ ਬਣ ਕੇ ਕੱਟ ਦਿੰਦੇ ਆ। ਆਖੋ ਸਤਨਾਮ। ਪੂਰਬ ਲਿਖਤ ਲਿਖੇ ਗੁਰ ਪਾਇਆ, ਗੁਰੂ ਮਹਾਰਾਜ ਕਹਿੰਦੇ ਮੇਰੇ 'ਤੇ ਤਾਂ ਕਿਰਪਾ ਹੋ ਗਈ, ਪਿਛਲੀ ਕੋਈ ਲਿਖਤਕਾਰ ਸੀ ਜਿਹਦੇ ਕਰਕੇ ਮੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ। ਇਹ ਵੀ ਚੰਗਾ ਹੀ ਕਰਮ ਹੁੰਦਾ ਕੋਈ ਭਾਈ, ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਗੁਰੂ ਨੂੰ ਮਿਲ ਕੇ ਕੀ ਮਿਲਿਆ? ਮਨ ਹਰ ਲਿਵ ਮੰਡਲ ਮੰਡਾ ਹੈ, ਮੇਰਾ ਮਨ ਗੁਰੂ ਵਾਲੇ ਪਾਸੇ ਆ ਗਿਆ। ਜਿਹਦੀ ਸੁਰਤ ਸੀ ਉਹ ਕਹਿੰਦੇ ਉੱਚੇ ਮੰਡਲਾਂ ਵਿੱਚ ਉਡਾਰੀਆਂ ਲਾਉਣ ਲੱਗ ਪਈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹੁਣ ਕਹਿੰਦੇ ਮੈਨੂੰ ਇਹ ਸਮਝ ਆ ਗਈ ਕਿ ਜਿੱਥੇ ਵੀ ਸਾਧੂ ਸੰਤ ਮਿਲਣ, ਗੁਰੂ ਮਿਲੇ, ਉਹਨੂੰ ਹੱਥ ਜੋੜ ਕੇ ਨਮਸਕਾਰ ਕਰਾਂ, ਇਹ ਨੇਕ ਕੰਮ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਹਿੰਦੇ ਵੱਡਾ ਪੁੰਨ ਹੈ ਸਾਧੂ ਰੱਬ ਦੇ ਪਿਆਰਿਆਂ ਨੂੰ ਨਮਸਕਾਰ ਕਰਨੀ, ਉਹਨਾਂ ਦੀ ਅਸੀਸ ਲੈਣੀ, ਉਹਨਾਂ ਦੇ ਕੋਲੋਂ ਚੰਗੇ ਬਚਨ ਪ੍ਰਾਪਤ ਕਰਨੇ। ਕਰ ਡੰਡੌਤ ਪੁੰਨ ਵੱਡਾ ਹੈ ਰਹਾਉ। ਮਹਾਰਾਜ ਕਹਿੰਦੇ ਜੇ ਕਿਤੇ ਸਾਧੂਆਂ ਨੂੰ ਡੰਡੌਤ ਹੋ ਜੇ, ਜਿਵੇਂ ਹੁਣ ਗੁਰੂ ਮਹਾਰਾਜ ਦੇ ਦਰ 'ਤੇ ਆਏ ਹਾਂ, ਸ਼ਰਧਾ ਨਾਲ ਨਮਸਕਾਰ ਕਰ, ਦੋਵੇਂ ਪੈਰ ਦੋਵੇਂ ਗੋਡੇ ਨੱਕ ਮੱਥਾ ਤੇ ਹੱਥ ਧਰਤੀ ਤੇ ਲਾ ਕੇ ਅੱਠੇ ਅੰਗ ਸਰੀਰ ਦੇ ਹੇਠਾਂ ਲਾ ਕੇ ਨਮਸਕਾਰ ਕਰੀਏ, ਇਹਨੂੰ ਕਹਿੰਦੇ ਆ ਡੰਡੌਤ। ਕਹਿੰਦੇ ਇਹ ਵੱਡਾ ਪੁੰਨ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਹੁਣ ਇਹ ਜਿਹੜੀਆਂ ਗੱਲਾਂ ਤੁਹਾਨੂੰ ਸੁਣਾ ਰਹੇ ਹੈ, ਇਹਨੂੰ ਕੋਈ ਨਿਮਰਤਾ ਵਾਲਾ ਹੀ ਕਰੂਗਾ, ਗੁਰਮੁਖ ਧਰਮੀ ਪੁਰਸ਼ ਇੱਦਾਂ ਕਰਨਗੇ, ਪਰ ਕੁਛ ਹੁੰਦੇ ਆ ਸਾਕਤ, ਉਹ ਨਾ ਤਾਂ ਰੱਬ ਦੇ ਨਾਮ ਦੇ ਰਸ ਨੂੰ ਮੰਨਣ, ਨਾ ਉਹਨਾਂ ਨੂੰ ਕੋਈ ਆ ਨਿਮਰਤਾ ਵਾਲੀ ਗੱਲ ਚੰਗੀ ਲੱਗੇ। ਗੁਰਮੁਖ ਸਾਕਤ ਉਹ ਹੁੰਦਾ ਹੈ ਜਿਹੜਾ ਜੁੜਿਆਂ ਨੂੰ ਤੋੜੇ, ਗੱਲਾਂ ਹੀ ਇਹੋ ਜਿਹੀਆਂ ਕਰੂਗਾ, ਜੁੜਿਆ ਹੋਇਆ ਟਿਕਿਆ ਹੋਇਆ ਮਨ ਵੀ ਭਟਕ ਜਾਂਦਾ। ਆਖੋ ਸਤਨਾਮ। ਉਹਦੀ ਬਿਰਤੀ ਇਕੱਲੀ ਮਾਇਆ ਵੱਲ ਸੰਸਾਰਕ ਸੁੱਖਾਂ ਵੱਲ ਹੁੰਦੀ, ਤੇ ਕਬੀਰ ਜੀ ਮਹਾਰਾਜ ਕਹਿੰਦੇ ਸਾਕਤ ਨਾਲੋਂ ਤਾਂ ਸੂਰ ਚੰਗਾ। ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਆਛਾ ਗਾਓ। ਕਹਿੰਦੇ ਸਾਕਤ ਨੇ ਮਾੜੇ ਬਚਨ ਕਰਕੇ ਕੂੜ ਕਵਾੜ ਫੈਲਾਉਣਾ, ਤੇ ਸੂਰ ਗੰਦਗੀ ਖਾ ਕੇ ਜਗ੍ਹਾ ਸਾਫ ਕਰ ਦਿੰਦਾ, ਉਦੋਂ ਤਾਂ ਸੂਰ ਚੰਗਾ ਕਹਿੰਦਾ। ਇੱਥੇ ਮਹਾਰਾਜ ਕਹਿੰਦੇ ਨੇ ਸਾਕਤਾਂ ਨੂੰ ਰੱਬ ਦੇ ਨਾਮ ਦਾ ਰਸ ਨਹੀਂ ਆ ਸਕਦਾ, ਉਹ ਸਵਾਦ ਨਹੀਂ ਮਾਣ ਸਕਦੇ ਅੰਮ੍ਰਿਤ ਰੂਪੀ ਬਚਨਾਂ ਦਾ। ਕਿਉਂ? ਤਿੰਨ ਅੰਤਰ ਹੋਮੈ ਕੰਡਾ ਹੈ,
ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ ਵੀ ਜੋ ਹਾਂ ਮੈਂ ਹਾਂ, ਜੋ ਮੈਨੂੰ ਪਤਾ ਬਸ ਉਹੀ ਠੀਕ ਹੈ। ਪਰ ਅਸਲ ਵਿੱਚ ਬਹੁਤ ਕੁਛ ਐਸਾ ਹੈ ਜਿਹੜਾ ਸਾਨੂੰ ਸਮੇਂ ਸਮੇਂ 'ਤੇ ਪਤਾ ਲੱਗਦਾ ਗੁਰਮੁਖ। ਅਤੇ ਮਹਾਰਾਜ ਅੱਗੇ ਦੱਸਦੇ ਹਨ, ਜਿਉਂ ਜਿਉਂ ਚੱਲਹਿ ਚੁਬੈ ਦੁੱਖ ਪਾਵੈ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਇਹ ਹਉਮੈ ਦਾ ਕੰਡਾ ਇਹ ਜਿਹਾ ਜਿਉਂ ਜਿਉਂ ਚੁਭਦਾ ਓਨਾ ਹੀ ਦੁੱਖ ਹੁੰਦਾ ਗੁਰਮੁਖ। ਅਤੇ ਨਾਲੇ ਫਿਰ ਮਹਾਰਾਜ ਕਹਿੰਦੇ ਜਮਾਂ ਦਾ ਡੰਡਾ ਸਿਰ 'ਚ ਪੈਂਦਾ। ਜਿਹੜਾ ਬੰਦਾ ਆਪਣੀਓ ਹੀ ਗੱਲ ਮੁੱਖ ਰੱਖੇ, ਨਾ ਮਾਂ ਪਿਓ ਦੀ, ਨਾ ਕਿਸੇ ਗੁਰੂ ਪੀਰ ਦੀ ਸੁਣੇ ਵੀ ਜੋ ਮੈਨੂੰ ਠੀਕ ਲੱਗਦਾ ਮੈਂ ਉਹੀ ਕਰਨਾ, ਅਕਸਰ ਦੇਖ ਲਿਓ ਉਹਨਾਂ ਨੂੰ ਮਾਰ ਹੀ ਸਹਿਣੀ ਪੈਂਦੀ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਪਹਿਲਾਂ ਤਾਂ ਦੱਸੀ ਸਾਕਤਾਂ ਦੀ ਗੱਲ, ਹੁਣ ਕੀਤੀ ਹੈ ਧਰਮੀ ਪੁਰਸ਼ਾਂ ਦੀ ਗੱਲ। ਕਹਿੰਦੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਬੰਦੇ ਹੁੰਦੇ ਆ ਨਾ, ਉਹ ਵਾਹਿਗੁਰੂ ਦੇ ਨਾਮ ਦਾ ਰਸ ਮਾਣਦੇ ਆ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਦੁੱਖ ਵੀ ਦੂਰ ਹੋ ਜਾਂਦੇ ਹੈ, ਪਾਪ ਲਹਿ ਜਾਂਦੇ ਹੈ, ਉਹ ਸੁਖੀ ਵੱਸਦੇ ਨੇ ਗੁਰਮੁਖ। ਅਤੇ ਮਹਾਰਾਜ ਕਹਿੰਦੇ ਇਸੇ ਕਰਕੇ ਭਾਈ ਰੱਬ ਦੇ ਪਿਆਰਿਆਂ ਦੀ ਸੰਗਤ ਜ਼ਰੂਰੀ ਹੈ, ਤੇਰੇ ਪਿਛਲੇ ਔਗਣ ਬਖਸ਼ੇ ਜਾਣਗੇ, ਆਖੋ ਸਤਨਾਮ। ਸੁਣੋ ਅੱਗੇ ਹੋਰ ਸਮਝਾਉਂਦੇ ਹਨ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਕਹਿੰਦੇ ਅਸੀਂ ਤਾਂ ਹੁਣ ਅਬਿਨਾਸੀ ਪੁਰਖ ਪਾ ਲਿਆ। ਅਬਿਨਾਸੀ ਤੋਂ ਭਾਵ ਹੁੰਦਾ ਜਿਹੜਾ ਕਦੇ ਖਤਮ ਨਾ ਹੋਵੇ, ਗੁਰਮੁਖ ਵੱਧਦਾ ਹੀ ਜਾਵੇ। ਕਹਿੰਦੇ ਸਾਨੂੰ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਗਿਆ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਜਿਹਦੇ ਜਿੱਦੇ ਦੇ ਪਰਮਾਤਮਾ ਨਾਲ ਜੁੜ ਗਏ, ਕਹਿੰਦੇ ਬੜੀ ਸੋਭਾ ਵੀ ਹੋ ਗਈ ਅਤੇ ਖੰਡਾਂ ਬ੍ਰਹਿਮੰਡਾਂ ਵਿੱਚ ਮਾਲਕ ਦੇ ਬਰਾਬਰੀ ਕੀਰਤੀ ਹੋ ਰਹੀ ਹੈ, ਆਖੋ ਸਤਨਾਮ। ਕਬੀਰ ਜੀ ਮਹਾਰਾਜ ਨੂੰ ਕਿਤੇ ਪਤਾ ਸੀ ਵੀ ਹਰ ਥਾਂ ਅਸੀਂ ਮਾਲਕ ਬਣਾਂਗੇ? ਨਾਮਦੇਵ ਜੀ ਮਹਾਰਾਜ ਨੂੰ ਕਿਤੇ ਪਤਾ ਸੀ? ਧੰਨਾ ਜੀ ਮਹਾਰਾਜ, ਸੈਨ ਜੀ ਮਹਾਰਾਜ, ਸੂਰਦਾਸ ਜੀ ਮਹਾਰਾਜ, ਪੀਪਾ ਜੀ ਮਹਾਰਾਜ, ਇੱਥੇ ਗੁਰਦੁਆਰਾ ਬਣਾਇਆ, ਇੱਥੇ ਵੀ ਬੈਠੇ ਆ ਸਾਰੇ ਮਾਲਕ ਬਣੇ। ਅੰਮ੍ਰਿਤਸਰ ਚੱਲ ਜਾਓ, ਹਜ਼ੂਰ ਸਾਹਿਬ ਚੱਲ ਜਾਓ, ਹੇਮਕੁੰਡ ਸਾਹਿਬ ਚੱਲ ਜਾਓ, ਹਰ ਥਾਂ 'ਤੇ ਮਾਲਕ ਬਣ ਗਏ ਗੁਰਮੁਖ। ਤਾਂ ਹੀ ਕਿਹਾ ਸਗਲੀ ਧਰਤੀ ਸਾਧ ਕੀ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਸਾਰੀ ਧਰਤੀ ਉਹਨਾਂ ਦੀ ਹੁੰਦੀ ਹੈ ਗੁਰਮੁਖ। ਕੁਛ ਉਹ ਸੀ ਜਿਹੜੇ ਹੱਦ ਬੰਨਿਆਂ 'ਚ ਰਹਿ ਕੇ ਰਾਜ ਭਾਗ ਦੀ ਖਾਤਰ ਲੜਦੇ ਹੀ ਰਹਿ ਗਏ, ਅਤੇ ਅੱਜ ਦੱਸੋ ਕੋਈ ਪੁੱਛਦਾ ਗੁਰਮੁਖੋ ਫਿਰ? ਸਿਕੰਦਰ ਲੋਧੀ ਕੌਣ ਸੀ, ਕਿੱਡਾ ਕੁ ਪਰਿਵਾਰ ਸੀ, ਕਿੱਥੇ ਉਹਨਾਂ ਦਾ ਰਾਜ ਭਾਗ ਸੀ, ਕਿਤੇ ਵੇਖਿਆ ਮੇਲਾ ਲੱਗਿਆ ਗੁਰਮੁਖ? ਇਸ ਕਰਕੇ ਠੀਕ ਹੈ ਸੰਸਾਰ ਵਿੱਚ ਰਹਿੰਦੇ ਹਾਂ, ਮਾਇਆ ਵੀ ਕਮਾਓ ਗੁਜ਼ਾਰੇ ਵਾਸਤੇ ਜ਼ਰੂਰੀ ਹੈ, ਘਰ ਬਾਰ ਵੀ ਬਣਾਓ ਤਾਂ ਕਿ ਸੁੱਖ ਦੁੱਖ ਸਾਡਾ ਸਮਾਂ ਲੰਘ ਜੇ, ਜ਼ਰੂਰੀ ਹੈ। ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰੋ, ਪੜ੍ਹਾਓ ਲਿਖਾਓ, ਪਰ ਇਹਨਾਂ ਚੀਜ਼ਾਂ ਦੀ ਕਦਰ ਤਾਂ ਹੈ ਜੇ ਅਸੀਂ ਧਰਮ ਵੀ ਕਰੀਏ ਅਤੇ ਰੱਬ ਦਾ ਨਾਮ ਵੀ ਜਪੀਏ। ਗੁਰੂ ਰਾਜਾ ਜਨਕ ਵੀ ਰਾਜਾ ਹੈ,
ਉਹਨੂੰ ਵੱਡਾ ਭਗਤ ਆਖਿਆ ਗਿਆ, ਨਾ ਰਾਜ ਭਾਗ ਵਿੱਚ ਰਹਿੰਦਾ ਸੀ। ਰਾਵਣ ਵੀ ਇੱਕ ਰਾਜਾ ਹੈ। ਆ ਹੁਣ ਆ ਰਿਹਾ ਦੁਸਹਿਰਾ, ਹਰ ਸਾਲ ਪਟਾਕੇ ਵੱਜਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਰਾਜੇ ਰਾਜੇ ਵਿੱਚ ਵੀ ਫਰਕ ਹੁੰਦਾ, ਇੱਕ ਨੇ ਧਰਮ ਕੀਤਾ ਹੈ, ਇੱਕ ਨੇ ਸਾਧੂਆਂ ਦਾ ਬਾਣਾ ਪਾ ਕੇ ਸੀਤਾ ਨੂੰ ਚੁੱਕ ਲਿਆਂਦਾ, ਬਦਨਾਮੀ ਹੋਈ ਖੱਟੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਵੀ ਕੁੰਭਕਰਨ ਵਰਗਿਆਂ ਨੇ ਕਿਹਾ ਸੀ ਵੀ ਇਹ ਕੰਮ ਗਲਤ ਹੈ, ਰਾਮ ਜੀ ਤੋਂ ਮਾਫ਼ੀ ਮੰਗ ਲੈ, ਛੱਡ ਦੇ ਜੰਗ ਯੁੱਧ, ਸਾਰਾ ਪਰਿਵਾਰ ਖਤਮ ਕਰਾ ਲਿਆ, ਪਰ ਕਿਸੇ ਦੀ ਮੰਨੀ ਨਹੀਂ। ਗੁਰਮੁਖ ਹੈ ਉਹ ਵੀ ਰਾਜਾ। ਤੇ ਸਾਧ ਸੰਗਤ ਜੀ, ਫਰਕ ਹੁੰਦਾ। ਮਹਾਰਾਜ ਕਹਿੰਦੇ ਭਾਈ, ਪ੍ਰਭੂ ਪਰਮਾਤਮਾ ਦੇ ਲੜ ਲੱਗ ਜਾ, ਪਰਮਾਤਮਾ ਦਾ ਭਜਨ ਕਰਿਆ ਕਰ, ਫੇਰ ਤੇਰੇ ਬਾਕੀ ਕਾਰਜ ਸਫਲ ਹੈ। ਜੇ ਤੂੰ ਹੱਥੋਂ ਦਾਨ ਪੁੰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਜੋ ਮਰਜ਼ੀ ਕਰੀ ਜਾਈ, ਫਿਰ ਛੇਤੀ ਖਤਮ ਹੋਣਾ ਸਭ ਕੁਛ। ਸਾਡੀ ਤਾਂ ਇਹ ਅਰਦਾਸ ਹੈ, ਕੋਈ ਵੀ ਖਤਮ ਨਾ ਹੋਵੇ, ਸਾਰੇ ਧਰਮੀ ਬਣੀਏ। ਪਰਮਾਤਮਾ ਮੂਹਰੇ ਬੇਨਤੀਆਂ ਕਰੀ ਦੀਆਂ ਵੀ ਜੇ ਕੀਤੀ ਹੋਈ ਸੇਵਾ ਸਿਮਰਨ ਤੁਹਾਨੂੰ ਪ੍ਰਵਾਨ ਹੈ, ਇਹਦਾ ਫਲ ਉਹਨਾਂ ਦੀ ਝੋਲੀ ਪਾ ਜਿਹੜੇ ਗਲਤ ਰਾਹ ਜਾ ਰਹੇ ਆ, ਆਖੋ ਸਤਨਾਮ ਤਾਂ ਕਿ ਉਹਨਾਂ ਦਾ ਵੀ ਜੀਵਨ ਸਫਲ ਹੋ ਜਾਵੇ। ਤੇ ਤੁਸੀਂ ਵੀ ਭਾਈ ਇਹ ਕਰਿਆ ਕਰੋ, ਜੇ ਲੱਗੇ ਨਾ ਕੋਈ ਪਰਿਵਾਰ ਦਾ ਮੈਂਬਰ ਗਲਤ ਰਾਹੇ ਜਾ ਰਿਹਾ, ਆਪਦਾ ਭਜਨ ਪਾਠ ਤਾਂ ਕਰਨਾ ਹੀ ਕਰਨਾ, ਕੁਛ ਉਹਦੀ ਨਿਮਿੱਤ ਵੀ ਕਰਿਆ ਕਰੋ, ਉਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ। ਗੁਰੂ ਕਿਰਪਾ ਕਰੇ ਗੱਲ ਤਾਂ ਬਣਨੀ ਹੈ। ਇਸੇ ਕਰਕੇ ਪਾਤਸ਼ਾਹ ਸਮਝਾਉਂਦੇ, ਕਹਿੰਦੇ ਜਿਹੜੇ ਜਿਹੜੇ ਪਰਮਾਤਮਾ ਦੇ ਲੜ ਲੱਗ ਗਏ, ਪਰਮੇਸ਼ਰ ਦਾ ਭਜਨ ਕਰਨ ਲੱਗ ਗਏ, ਉਹਨਾਂ ਦੀ ਸੋਭਾ ਤਾਂ ਖੰਡਾਂ ਬ੍ਰਹਿਮੰਡਾਂ ਵਿੱਚ ਹੋਈ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਕਹਿੰਦੇ ਹੇ ਮਾਲਕ, ਅਸੀਂ ਗਰੀਬ ਹਾਂ, ਮਸਕੀਨ ਕਹੀਏ ਆਜਿਜ਼, ਲੋੜਵੰਦ ਹਾਂ, ਪਰ ਜਿਹੇ ਜੇ ਵੀ ਹੈਗੇ ਹਾਂ ਤੇਰੇ ਹਾਂ। ਨਾਨਕ ਸਰ ਸੰਪਰਦਾ ਵਿੱਚ ਜਦੋਂ ਵੀ ਜਾਓ ਨਾ, ਉਹਨਾਂ ਦੀ ਮਰਿਆਦਾ ਅਰਦਾਸ ਕਰਨਗੇ, ਮਾਲਕਾ ਚੰਗੇ ਆ ਮੰਦੇ ਆ, ਪਰ ਤੇਰੇ ਆ ਤੇ ਤੇਰਿਆਂ ਦੀ ਤੈਨੂੰ ਹੀ ਲਾਜ ਹੈ। ਇੱਥੇ ਵੀ ਮਹਾਰਾਜ ਕਹਿੰਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਕਹਿੰਦੇ ਅਸੀਂ ਜਿਹੇ ਜੇ ਵੀ ਹੈਗੇ ਹਾਂ ਨਾ, ਚਾਹੇ ਮੰਗਤੇ ਹਾਂ ਚਾਹੇ ਗਰੀਬ ਹਾਂ, ਅਸੀਂ ਮਾਲਕਾ ਹੁਣ ਤੇਰੇ ਹਾਂ। ਹਰ ਰਾਖ ਰਾਖ ਵੱਡ ਵੱਡਾ ਹੈ, ਹੇ ਪ੍ਰਭੂ ਜੀ ਤੁਸੀਂ ਸਾਡੀ ਰੱਖਿਆ ਕਰੋ, ਕਿਉਂਕਿ ਤੁਸੀਂ ਬਹੁਤ ਵੱਡੇ ਹੋ, ਆਖੋ ਸਤਨਾਮ ਸਾਡੀ ਮਾਲਕ ਜੀ ਲਾਜ ਰੱਖੋ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਕਹਿੰਦੇ ਹੇ ਵਾਹਿਗੁਰੂ, ਸਾਨੂੰ ਤਾਂ ਹੁਣ ਤੁਹਾਡਾ ਹੀ ਆਸਰਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਬਚਨ ਗੁਰੂ ਰਾਮਦਾਸ ਮਹਾਰਾਜ ਦਾ ਹੈ, ਪਰ ਜੋਤ ਤਾਂ ਉਹੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਵਾਲੀ, ਤਾਂ ਹੀ ਨਾਨਕ ਨਾਮ ਆਇਆ। ਕਹਿੰਦੇ ਮਹਾਰਾਜ, ਅਸੀਂ ਤੁਹਾਡਾ ਨਾਮ ਦਾ ਆਸਰਾ ਤੱਕਿਆ, ਤੁਸੀਂ ਸਾਡੇ ਆਹਾਰ ਹੋ, ਤੁਸੀਂ ਸਾਡੇ ਆਸਰੇ ਹੋ, ਹਰ ਨਾਮੇ ਹੀ ਸੁੱਖ ਮੰਡਾ ਹੈ। ਜਿਹੜਾ ਸਾਨੂੰ ਆਰਾਮ ਮਿਲਿਆ ਨਾ, ਸੁੱਖ ਮਿਲਿਆ, ਇਹ ਤੇਰਾ ਨਾਮ ਜਪਣ ਕਰਕੇ ਹੀ ਮਿਲਿਆ, ਆਖੋ ਸਤਨਾਮ।
ਆ ਬਚਨ ਆਇਆ ਸੀ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਜਿੱਦੇ ਦੇ ਗੁਰੂ ਚਰਨਾਂ ਨਾਲ ਜੁੜ ਗਏ ਉਦੇ ਦੇ ਸੌਖੇ ਹੋ ਗਏ। ਆਖੋ ਸਤਨਾਮ ਵਾਹਿ ਗੁਰੂ। ਲਓ ਪੜਿਓ ਸਾਰੀ ਸੰਗ। ਅਸੀਂ ਸੌਖੇ ਵਸਦੇ ਆਂ ਜਿੱਦੇ ਦੇ ਗੁਰ ਚਰਨਾਂ ਨਾਲ ਜੁੜ ਗਏ। ਅਸੀਂ ਸੌਖੇ ਵਸਦੇ ਆਂ ਜਿੱਦੇ ਦੇ ਗੁਰ ਚਰਨਾਂ ਨਾਲ ਜੁੜ ਗਏ। ਚਰਨਾਂ ਨਾਲ ਜੁੜਿਆ ਉਹ ਸੌਖਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਮ ਸਭ ਸਤਿਕਾਰ ਯੋਗ ਨੇ, ਸਭ ਦਾ ਆਪਾਂ ਸਤਿਕਾਰ ਕਰਨਾ, ਪਰ ਜਿੰਨਾ ਚਿਰ ਗੁਰੂ ਦੇ ਬਚਨ ਸੁਣ ਕੇ ਅਮਲ ਨਹੀਂ ਕਰਦੇ ਭਲਾ ਹੋਣਾ ਬਹੁਤ ਔਖਾ। ਗੁਰੂ ਤੇ ਗੁਰੂ ਦੀ ਸਿੱਖਿਆ ਕੀ ਹੈ? ਮਹਾਰਾਜ ਕਹਿੰਦੇ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ। ਬੰਦੇ ਨੂੰ ਬੰਦਾ ਸਮਝਿਆ ਕਰ। ਜੇ ਤੈਨੂੰ ਇਹ ਹੈ ਮੈਂ ਸੁਖੀ ਵਸਾਂ, ਦੂਜਿਆਂ ਨੂੰ ਵੀ ਸੌਖੇ ਵਸਣ ਦੇ ਦਿਆ ਕਰ। ਜੇ ਤੈਨੂੰ ਇਹ ਹੈ ਵੀ ਮੈਨੂੰ ਕੋਈ ਬੁਰਾ ਨਾ ਬੋਲੇ, ਤੂੰ ਵੀ ਭਾਈ ਦੂਜਿਆਂ ਦੇ ਔਗਣ ਵੇਖ ਕੇ ਕਿਸੇ ਦੇ ਔਗਣ ਫਰੋਲਿਆ ਨਾ ਕਰ, ਬੁਰਾ ਨਾ ਬੋਲਿਆ ਕਰ। ਜੇ ਲੱਗੇ ਕੋਈ ਨੀਵਾਂ ਹੈ ਉਹ ਤੋਂ ਨਫ਼ਰਤ ਨਹੀਂ ਕਰਨੀ, ਉਹਨੂੰ ਸਮਝਾ ਕੇ ਆਪਣੇ ਬਰਾਬਰ ਕਰੀਦਾ। ਇਹ ਨਹੀਂ ਵੀ ਜੇ ਕੋਈ ਕੁਰਾਹੇ ਜਾ ਰਿਹਾ ਅਸੀਂ ਉਹ ਤੋਂ ਪਾਸਾ ਵੱਟੀਏ, ਨਫ਼ਰਤ ਕਰੀਏ।
ਇਹੀ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਲੈ ਕੇ ਚੱਲਣਾ। ਆਖੋ ਸਤਨਾਮ। ਮੇਰੇ ਸਤਿਗੁਰੂ ਨਾਨਕ ਦੇ ਮਹਾਰਾਜ ਸੰਸਾਰ ਨੂੰ ਤਾਰ ਰਹੇ ਸੀ ਤੇ ਵੇਖਿਆ ਕੁਛ ਲੋਕ ਉਹ ਸੀ ਜਿਹੜੇ ਕਹਿੰਦੇ ਸੀ ਤੀਰਥਾਂ ਤੇ ਨਹਾ ਲਓ ਤੁਹਾਡੇ ਮਨ ਨੂੰ ਸ਼ਾਂਤੀ ਆ ਜੂ। ਕੁਛ ਉਹ ਸੀ ਜਿਹੜੇ ਕਹਿੰਦੇ ਵੀ ਜੇ ਬੋਲਦੇ ਆ ਕੋਈ ਸੁਣ ਕੇ ਮੰਨਦਾ ਨਹੀਂ ਆਪਾਂ ਚੁੱਪੀ ਕਰ ਜੋ। ਕੁਛ ਉਹ ਸੀ ਜਿਹੜੇ ਕਹਿੰਦੇ ਨੇ ਮਨ ਜੋ ਚਾਹੁੰਦਾ ਜਿੱਥੇ ਚਾਹੁੰਦਾ ਇਹਨੂੰ ਕਰਨ ਦਿਓ, ਰੱਜ ਕੇ ਟਿਕ ਜੋ। ਕਈ ਵਾਰੀ ਆਪਾਂ ਵੀ ਸੋਚਦੇ ਹਾਂ ਨਾ ਵੀ ਆਹ ਲੈ ਗਲਤ ਰਾਹ ਜਾਂਦਾ ਹੈ, ਇਹਨੂੰ ਵੇਖ ਹੀ ਲੈਣ ਦਿਓ ਆਪੇ ਟਿਕ ਜੋ। ਇਹ ਵਿਚਾਰ ਪਹਿਲਾਂ ਤੋਂ ਚੱਲਿਆ ਹੈ। ਕੁਛ ਉਹ ਸੀ ਜਿਹੜੇ ਕਹਿੰਦੇ ਸੀ ਵੇਦ ਗ੍ਰੰਥ ਪੜ੍ਹ ਲਓ, ਵਿੱਦਿਆ ਪੜ੍ਹੋ ਤੇ ਮਨ ਨੂੰ ਸ਼ਾਂਤੀ ਆਜੂ। ਪਰ ਮੇਰੇ ਸਤਿਗੁਰ ਕਹਿੰਦੇ ਭਾਈ ਨਾ ਤਾਂ ਤੀਰਥਾਂ ਤੇ ਨਹਾਉਣ ਨਾਲ ਮਨ ਦਾ ਸੰਬੰਧ ਹੈ, ਨਾ ਹੀ ਵੇਦ ਗ੍ਰੰਥ ਪੜ੍ਹ ਕੇ ਟਿਕੇ। ਜੇ ਤੁਹਾਨੂੰ ਲੱਗਦਾ ਵੀ ਜੋ ਚਾਹੁੰਦਾ ਜਿੱਥੇ ਚਾਹੁੰਦਾ ਕਰਨ ਦਿਓ, ਰੱਜ ਕੇ ਟਿਕ ਜੂ, ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਉਦੋਂ ਨੂੰ ਇਹ ਨਹੀਂ ਪਤਾ ਬਹੁਤੇ ਹੀ ਰੋਗ ਲੱਗ ਜਾਣ। ਆਖੋ ਸਤਨਾਮ। ਤੇ ਜੇ ਕਹੀਏ ਵੀ ਜਦੋਂ ਬੋਲੀ ਦਾ ਗਲਤ ਬੋਲਿਆ ਜਾਂਦਾ ਚੁੱਪ ਹੋ ਜਾਓ, ਮਹਾਰਾਜ ਕਹਿੰਦੇ ਇਹ ਵੀ ਠੀਕ ਨਹੀਂ। ਜਿੱਥੇ ਤਾਂ ਤੇਰੀ ਕੋਈ ਸੁਣਦਾ ਹੀ ਨਹੀਂ ਉੱਥੇ ਚੁੱਪ ਹੋ ਜਾ, ਕਿਉਂ ਆਪਣੀ ਬੇਕਦਰੀ ਕਰਵਾਈ ਹੈ। ਤੇ ਜੇ ਤੈਨੂੰ ਲੱਗੇ ਵੀ ਇਸ ਕੋਲੇ ਗਿਆਨ ਹੈ ਨਹੀਂ, ਉੱਥੇ ਉਹਨੂੰ ਚਾਰ ਬਚਨ ਚੰਗੇ ਦੱਸ ਕੇ ਉਹਦਾ ਭਲਾ ਕਰਿਆ। ਮੂਹਰੇ ਹੁਣ ਖੂਹ ਹੋਵੇ, ਅੰਨਾ ਤੁਰਿਆ ਜਾਂਦਾ ਹੋਵੇ, ਆਪਾਂ ਉੱਥੇ ਵੀ ਕਹੀਏ ਵੀ ਆਪਾਂ ਕੀ ਲੈਣਾ, ਚੁੱਪ ਰਹੋ, ਇਹ ਤਾਂ ਗਲਤ ਗੱਲ ਹੈ। ਉਹਨੂੰ ਰੋਕੋ, ਹੋ ਸਕਦਾ ਉਹਦੀ ਜਾਨ ਬਚ ਜੇ। ਆਖੋ ਸਤਨਾਮ। ਵਿੱਦਿਆ ਪੜ੍ਹਨੀ ਚੰਗੀ ਗੱਲ ਹੈ, ਪਰ ਜੇ ਪੜ੍ਹਿਆ ਜੋ ਸੁਣਿਆ ਉਹ ਕਿਸੇ ਨੇ ਤਾਂ ਲਿਖੀ ਹੋਣਾ ਨਾ, ਚਾਹੇ ਕਿਸੇ ਵਿਦਵਾਨ ਸੱਜਣ ਨੇ, ਚਾਹੇ ਗੁਰੂ ਸੰਤ ਮਹਾਂਪੁਰਸ਼ ਨੇ। ਜੇ ਉਹਨੂੰ ਆਪਾਂ ਸੁਣ ਕੇ ਮੰਨਿਆ ਹੀ ਨਹੀਂ, ਫਿਰ ਵਿੱਦਿਆ ਪੜ੍ਹੀ ਦਾ ਵੀ ਕੋਈ ਫਾਇਦਾ ਨਹੀਂ। ਆਖੋ ਸਤਨਾਮ। ਇਹ ਸਾਰੀਆਂ ਗੱਲਾਂ ਦਾ ਫਿਰ ਗੁਰੂ ਮਹਾਰਾਜ ਨੇ ਜਪਜੀ ਸਾਹਿਬ 'ਚ ਉੱਤਰ ਦਿੱਤਾ ਹੈ। ਪਾਤਸ਼ਾਹ ਕਹਿੰਦੇ ਨੇ ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਸਾਰੀ ਦੁਨੀਆਂ ਨੇ ਕਿਹਾ ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਕਹਿੰਦੇ ਸੱਚੇ ਕਿਵੇਂ ਹੋਈਏ, ਜਿਹੜਾ ਝੂਠ ਹੈ ਵੈਰ ਵਿਰੋਧ ਹੈ ਇਹ ਕਿਵੇਂ ਖਤਮ ਹੋਵੇ। ਤਾਂ ਉਹਦਾ ਫਿਰ ਗੁਰੂ ਪਾਤਸ਼ਾਹ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਕਹਿੰਦੇ ਜੋ ਪਰਮਾਤਮਾ ਦਾ ਹੁਕਮ ਹੈ ਉਹਦੀ ਰਜਾ 'ਚ ਰਾਜੀ ਰਿਹਾ, ਅਤੇ ਉਹ ਹੁਕਮ ਕੋਈ ਹੋਰ ਨਹੀਂ, ਉਹ ਤੇਰੇ ਨਾਲ ਹੀ ਲਿਖਿਆ। ਆਖੋ ਸਤਨਾਮ। ਬਹੁਤਾ ਖਾਏਗਾ ਰੋਗੀ ਹੋ ਜਾਏਗਾ, ਬਹੁਤਾ ਬੇਲੋੜਾ ਬੋਲੇਗਾ ਤਾਂ ਵੀ ਦੁਖੀ ਹੋਏਗਾ। ਇਸ ਕਰਕੇ ਦੇਖੋ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ। ਗੁਰੂ ਨਾਨਕ ਦੇ ਮਹਾਰਾਜ ਸੰਸਾਰ ਨੂੰ ਸਮਝਾਉਂਦੇ ਸਮਝਾਉਂਦੇ ਪੁਸ਼ਕਰ ਚਲੇ ਗਏ। ਗੁਰੂ ਇਹ ਜਿਹੜਾ ਪੁਸ਼ਕਰ ਹੈ ਨਾ, ਵੈਸੇ ਤਾਂ ਇਹ ਜ਼ਿਆਦਾਤਰ ਹਿੰਦੂ ਵੀਰਾਂ ਦਾ ਵੱਡਾ ਤੀਰਥ ਹੈ,
ਤਿੰਨ ਦੇਵਤੇ ਹੋਏ ਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਜੀ। ਵਿਸ਼ਨੂੰ ਜੀ ਦੇ ਕਾਫੀ ਥਾਵਾਂ ਤੇ ਮੰਦਰ ਹੈਗੇ, ਸ਼ਿਵਜੀ ਜੀ ਦੇ ਬਹੁਤ ਥਾਵਾਂ ਤੇ ਮੰਦਰ ਹੈ, ਪਰ ਬ੍ਰਹਮਾ ਜੀ ਦਾ ਇੱਕੋ ਹੀ ਮੰਦਰ ਹੈ ਗੁਰੂ, ਉਹ ਹੈ ਪੁਸ਼ਕਰ। ਇਹ ਜਿਹੜਾ ਪੁਸ਼ਕਰ ਹੈ ਰਾਜਸਥਾਨ ਵਿੱਚ ਪੈਂਦਾ, ਅਜਮੇਰ ਤੋਂ 13 ਕਿਲੋਮੀਟਰ ਦੂਰ ਹੈ। ਅਜਮੇਰ ਜ਼ਿਆਦਾਤਰ ਮੁਸਲਮਾਨਾਂ ਦਾ ਵੱਡਾ ਧਰਮ ਸਥਾਨ ਹੈ ਗੁਰੂ, ਉੱਥੇ ਮੁਸਲਮਾਨ ਜਾਂਦੇ ਆ। ਦੋ ਫਕੀਰ ਹੋਏ ਮੋਮਨ ਦੀਨ ਕੁਤਬਦੀਨ, ਉਹਨਾਂ ਦੇ ਮਕਬਰੇ ਬਣੇ ਹੋਏ ਆ ਗੁਰੂ। ਪੁਸ਼ਕਰ ਇਹ ਕਿਵੇਂ ਬਣਿਆ ਲੈ ਇਹ ਵੀ ਸੁਣ ਲਓ, ਗੱਲ ਤਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਕਰਨੀ ਹੈ, ਫੇਰ ਹੀ ਪੱਲੇ ਪੈਣੀ। ਬ੍ਰਹਮਾ ਜੀ ਦੇ ਮਨ ਚ ਖਿਆਲ ਆਇਆ ਕਿ ਅਸੀਂ ਜੱਗ ਕਰਨਾ ਜੱਗ, ਪਰ ਕਰੀਏ ਕਿੱਥੇ, ਸਾਰੇ ਸੰਸਾਰ ਵੱਲ ਦੇਖਿਆ ਐਸੀ ਕੋਈ ਜਗ੍ਹਾ ਹੀ ਨਾ ਮਨ ਨੂੰ ਮੰਨੇ ਵੀ ਇੱਥੇ ਜੱਗ ਕਰ ਦਈਏ। ਇਹ ਮਨ ਦੀ ਅਵਸਥਾ ਹੁੰਦੀ ਹੈ, ਇਹ ਨਹੀਂ ਪਤਾ ਕਿੱਥੇ ਟਿਕ ਜੇ ਗੁਰੂ। ਹੁਣ ਕਈਆਂ ਦਾ ਤਾਂ ਗੁਰੂ ਘਰ ਤੇ ਵੀ ਨਹੀਂ ਖੜਿਆ, ਤੇ ਜਿਹਦੇ ਖੜਨ ਤੇ ਇਹ ਨਹੀਂ ਪਤਾ ਬੀੜੀਆਂ ਜਰਦੇ ਵਾਲੇ ਮੰਗਰੀ ਲੱਗ ਜਾਣ ਗੁਰੂ, ਕਿਉਂ ਮਨ ਦੀ ਅਵਸਥਾ। ਤੇ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਕਹਿੰਦੇ ਮਨ ਨੂੰ ਹੀ ਸਮਝਾਉਣਾ ਭਾਈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਪੂਰਾ ਗੁਰੂ ਕਿਰਪਾ ਕਰੇ ਤਾਂ ਇਹ ਕਾਬੂ 'ਚ ਰਹਿ ਸਕਦਾ। ਸੁਣਿਓ ਮੈਂ ਗੱਲ ਜੇ ਕਰ ਰਿਹਾ, ਬ੍ਰਹਮਾ ਜੀ ਦੇ ਮਨ 'ਚ ਆਇਆ ਸੀ ਜੱਗ ਕਰਨਾ, ਪਰ ਕਰੀਏ ਕਿੱਥੇ, ਬਹੁਤ ਥਾਵਾਂ ਵੇਖੀਆਂ ਕੋਈ ਜਗ੍ਹਾ ਪਸੰਦ ਹੀ ਨਹੀਂ ਆਈ। ਆਕਾਸ਼ ਵੱਲ ਉੱਡੇ, ਇੱਕ ਫੁੱਲ ਸਿੱਟਤਾ ਗੁਰਮੁਖ, ਕਹਿੰਦੇ ਜਿੱਥੇ ਫੁੱਲ ਡਿੱਗੂ ਉੱਥੇ ਜੱਗ ਕਰ ਲਾਂਗੇ। ਉਹ ਫੁੱਲ ਦੀਆਂ ਪੱਤੀਆਂ ਜਿੱਥੇ ਹੁਣ ਪੁਸ਼ਕਰ ਬਣੀ ਹੈ ਨਾ ਰਾਜਸਥਾਨ ਵਿੱਚ ਜਗ੍ਹਾ, ਉੱਥੇ ਆ ਕੇ ਡਿੱਗੀਆਂ ਗੁਰਮੁਖ। ਤਿੰਨ ਥਾਂ ਤੇ ਫੁੱਲ ਦੀ ਪੱਤੀ ਡਿੱਗੀ, ਫੁੱਲ ਨੂੰ ਪੁਸ਼ਪ ਕਿਹਾ ਜਾਂਦਾ ਹੈ, ਤੇ ਉਹ ਤਿੰਨੇ ਥਾਵਾਂ ਤੋਂ ਪਾਣੀ ਨਿਕਲਿਆ ਸੀ। ਆਖੋ ਸਤਨਾਮ, ਉਹ ਇੱਕ ਬਹੁਤ ਵੱਡੀ ਝੀਲ ਬਣ ਗਈ ਗੁਰਮੁਖ, ਉਹਨੂੰ ਪੁਸ਼ਕਰ ਝੀਲ ਵੀ ਆਖਿਆ ਜਾਂਦਾ ਹੈ। ਉੱਥੋਂ ਉਹਦਾ ਨਾਮ ਪਿਆ ਸੀ ਪੁਸ਼ਕਰ, ਕਿਉਂਕਿ ਫੁੱਲ ਡਿੱਗਿਆ ਸੀ ਉੱਥੇ। ਹੁਣ ਉੱਥੇ ਫਿਰ ਬ੍ਰਹਮਾ ਜੀ ਨੇ ਚੋਣ ਕਰ ਲਈ, ਅਸੀਂ ਇੱਥੇ ਜੱਗ ਕਰਾਂਗੇ, ਤੇ ਜੱਗ ਕਰਨ ਵਾਸਤੇ ਗੁਰਮੁਖ ਪਿਆਰਿਓ ਦੇਵੀ ਦੇਵਤੇ ਪੀਰ ਫਕੀਰ ਸਭ ਬੁਲਾ ਲਏ। ਕਹਿੰਦੇ ਬਹੁਤ ਦੇਵੀਆਂ ਬਹੁਤ ਦੇਵਤੇ ਸ਼ਾਮਿਲ ਹੋਏ, ਉੱਥੇ ਜੱਗ ਕੀਤਾ, ਭੰਡਾਰਾ ਤਾਂ ਹੋ ਗਿਆ ਸਫਲ। ਇਸੇ ਕਰਕੇ ਪੁਸ਼ਕਰ ਦੇ ਵਿੱਚ 400 ਮੰਦਰ ਬਣਿਆ ਕਿਤੇ ਜਾਇਓ ਹੁਣ ਵੀ, ਕਿਉਂ ਵੱਖ ਵੱਖ ਦੇਵੀ ਦੇਵਤਿਆਂ ਦੀ ਉਹਨਾਂ ਦੇ ਪੈਰੋਕਾਰਾਂ ਨੇ ਯਾਦ ਬਣਾਈ। 400 ਮੰਦਰ ਤੇ 52 ਘਾਟ ਬਣੇ ਜਿੱਥੇ ਜਾ ਕੇ ਦੁਨੀਆ ਇਸ਼ਨਾਨ ਕਰਦੀ ਹੈ। ਆਖੋ ਸਤਨਾਮ, ਇਹ ਹਿੰਦੂਆਂ ਦਾ ਸਭ ਤੋਂ ਵੱਡਾ ਤੀਰਥ ਮੰਨਿਆ ਜਾਂਦਾ ਸੀ। ਆ ਹੁਣ ਦੇਖੋ ਮੂਹਰੇ ਕੱਤਕ ਦੀ ਪੂਰਨਮਾਸ਼ੀ ਆ ਰਹੀ ਹੈ, ਬੜੀ ਦੁਨੀਆ ਉੱਥੇ ਵੀ ਜਾਂਦੀ ਹੈ ਇਸ਼ਨਾਨ ਕਰਨ, ਬਹੁਤ ਵੱਡਾ ਮੇਲਾ ਭਰਦਾ। ਇਸ ਤਾਂ ਜਾ ਕੇ ਆਏ ਆ, ਜ਼ਿਆਦਾਤਰ ਉੱਠ ਲੈ ਕੇ ਆਉਂਦੇ ਆ ਰਾਜਸਥਾਨੀ ਲੋਕ, ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਆ। ਉੱਠਾਂ ਦੀ ਘੋੜਿਆਂ ਦੀ ਸਵਾਰੀ ਕਰੀ ਜਾਂਦੀ ਹੈ, ਕੋਈ ਚੜੋਲਾਂ ਤੇ ਝੂਟੇ ਲਾਉਂਦਾ, ਦੇਖਦੇ ਹੋ ਨਾ ਮੇਲੇ ਜਿਵੇਂ ਹੁੰਦੇ ਆ, ਵੱਡਾ ਮੇਲਾ ਭਰਦਾ, ਬੜੀ ਦੁਨੀਆ ਜਾਂਦੀ ਇਸ਼ਨਾਨ ਕਰਨ।
ਤੇ ਬ੍ਰਹਮਾ ਜੀ ਦਾ ਉੱਥੇ ਇੱਕੋ ਹੀ ਮੰਦਰ ਬਣਿਆ, ਤ੍ਰਿਪੋਲੀਆ ਦਰਵਾਜ਼ੇ ਦੇ ਨੇੜੇ ਆ, ਬਿਲਕੁਲ ਦਰਵਾਜ਼ਾ ਪੈਂਦਾ ਤ੍ਰਿਪੋਲੀਆ, ਕਿਉਂਕਿ ਸ਼ਹਿਰ ਬਹੁਤ ਵੱਡਾ। ਇੱਕੋ ਹੀ ਮੰਦਰ ਬ੍ਰਹਮਾ ਜੀ ਦਾ, ਉਹਦਾ ਕਾਰਨ ਪਤਾ ਕੀ ਹੈ? ਜਿਵੇਂ ਹੁਣ ਦੁਨੀਆ ਦੇਖਦੀ ਹੈ, ਬਾਣੀ ਵਿੱਚ ਵੀ ਲਿਖਿਆ ਨਾ ਕਿ ਬ੍ਰਹਮਾ ਦੀ ਪਰਮਾਤਮਾ ਨੇ ਡਿਊਟੀ ਲਾਈ ਸੀ ਸੰਸਾਰ ਨੂੰ ਸਾਜਣ ਦੀ। ਦੁਨੀਆ ਕਹਿੰਦੀ ਇਹਨੇ ਪੈਦਾ ਕਰਤਾ, ਹੁਣ ਆਪਾਂ ਇਹ ਤੋਂ ਕੀ ਲੈਣਾ? ਜਿਵੇਂ ਹੁਣ ਵਾਲੇ ਬੱਚੇ ਕਹਿੰਦੇ ਆ, ਮਾਂ ਪਿਓ ਸਾਰੀ ਜ਼ਿੰਦਗੀ ਕਮਾਉਂਦਾ ਮਰ ਗਿਆ, ਇਹ ਵੱਡੇ ਹੋ ਕੇ ਕਹਿਣਗੇ ਤੁਸੀਂ ਕੀ ਕੀਤਾ ਸਾਡੇ, ਉਦੋਂ ਫਿਰ ਦੁੱਖ ਹੁੰਦਾ ਗੁਰੂ। ਇਸੇ ਤਰ੍ਹਾਂ ਬ੍ਰਹਮਾ ਜੀ ਦਾ ਵੀ ਇੱਕੋ ਹੀ ਮੰਦਰ ਬਣਿਆ, ਤੇ ਵਿਸ਼ਨੂੰ ਜੀ ਜਿਨ੍ਹਾਂ ਦੀ ਡਿਊਟੀ ਸੀ ਸੰਸਾਰ ਨੂੰ ਰਿਜਕ ਦੇਣ ਦੀ, ਉਹਦੇ ਕਾਫੀ ਮੰਦਰ ਬਣ ਗਏ, ਕਿਉਂ ਉੱਥੋਂ ਲੈਣਾ ਸੀ। ਤੇ ਸ਼ਿਵਜੀ ਜੀ ਦੀ ਡਿਊਟੀ ਦੁਨੀਆਂ ਨੂੰ ਲੈ ਕਰਨ ਦੀ, ਖਤਮ ਕਰਨ ਦੀ, ਇਹ ਤਿੰਨੇ ਪਰਮਾਤਮਾ ਦੇ ਹੁਕਮ ਵਿੱਚ ਚੱਲਦੇ। ਤੇ ਮੌਤ ਤੋਂ ਹਰ ਕੋਈ ਡਰਦਾ, ਤਾਂ ਹੀ ਫਿਰ ਥਾਂ ਥਾਂ ਮੰਦਰ ਬਣਾ ਲਏ, ਆਖੋ ਸਤਨਾਮ। ਪਰ ਬ੍ਰਹਮਾ ਜੀ ਦਾ ਇੱਕੋ ਹੀ ਮੰਦਰ ਪੁਸ਼ਕਰ ਦੇ ਵਿੱਚ, ਉੱਥੇ ਗੁਰਮੁਖ ਪਿਆਰਿਓ ਬੜੀ ਦੁਨੀਆਂ ਜਾਇਆ ਕਰੇ, ਤੀਰਥਾਂ ਦਾ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ। ਜਦੋਂ ਦੱਖਣ ਵੱਲ ਗੁਰੂ ਨਾਨਕ ਪਾਤਸ਼ਾਹ ਗਏ ਨਾ, ਦੁਨੀਆਂ ਨੂੰ ਤਾਰਦੇ ਤਾਰਦੇ ਮੇਰੇ ਸਤਿਗੁਰੂ ਵੀ ਉੱਥੇ ਜਾ ਪਹੁੰਚੇ, ਆਖੋ ਸਤਨਾਮ। ਪਹਿਲਾਂ ਗਏ ਸੀ ਅਜਮੇਰ, ਉੱਥੇ ਮੋਮਨਦੀਨ ਤੇ ਕੁਤਬਦੀਨ ਦੇ ਮਕਬਰੇ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਆਸਣ ਲਾ ਲਿਆ, ਤੇ ਜਿਹੜੇ ਮੁਸਲਮਾਨ ਸੀ ਨਾ ਉੱਥੋਂ ਦੇ, ਉਹ ਗੁਰੂ ਨਾਨਕ ਸਾਹਿਬ ਨਾਲ ਲੜ ਪਏ, ਆਖੋ ਸਤਨਾਮ। ਕਹਿੰਦੇ ਇੱਥੇ ਇਕੱਲੇ ਮੁਸਲਮਾਨ ਹੀ ਆ ਸਕਦੇ ਆ। ਮਹਾਰਾਜ ਨੇ ਫਿਰ ਉਹਨਾਂ ਨੂੰ ਦੱਸਿਆ ਵੀ ਮੁਸਲਮਾਨ ਕੌਣ ਹੁੰਦਾ, ਤੇ ਉੱਥੇ ਗਿਆਨ ਦਿੱਤਾ ਮਹਾਰਾਜ ਨੇ। ਉਦੋਂ ਬਾਅਦ ਚੱਲ ਕੇ ਗੁਰੂ ਨਾਨਕ ਦੇ ਮਹਾਰਾਜ ਸਾਧ ਸੰਗਤ ਜੀ ਆ ਗਏ ਪੁਸ਼ਕਰ, ਤੇ ਜਦੋਂ ਇੱਥੇ ਸਤਿਗੁਰੂ ਜੀ ਆਏ, ਇੱਥੇ ਇੱਕ ਪੰਡਿਤ ਮਿਲਿਆ ਜਿਹਦਾ ਨਾਮ ਸੀ ਚੇਤਨ ਦਾਸ। ਗੁਰੂ ਨਾਨਕ ਦੇ ਮਹਾਰਾਜ ਜਦੋਂ ਆ ਕੇ ਬੈਠੇ, ਤੇ ਉੱਥੋਂ ਦੇ ਪੰਡਿਤ ਕਹਿੰਦੇ, ਭਾਈ ਜੇ ਤੁਸੀਂ ਆਏ ਹੋ ਨਾ, ਤੁਹਾਨੂੰ ਇੱਥੇ ਤੀਰਥਾਂ ਤੇ ਨਹਾਉਣਾ ਪੈਣਾ। ਉਹਨੇ ਮਹਾਰਾਜ ਨੂੰ ਸਾਰੇ ਘਾਟ ਦਿਖਾਏ, ਕਹਿੰਦਾ ਇੱਥੇ ਇਸ਼ਨਾਨ ਕਰੋ, ਸਾਨੂੰ ਦਾਨ ਪੁੰਨ ਵੀ ਦਿਓ, ਪਰ ਇੱਥੇ ਇਕੱਲੇ ਹਿੰਦੂ ਆ ਸਕਦੇ ਹੈ, ਮੁਸਲਮਾਨ ਮਰਦਾਨਾ ਨਹੀਂ ਨਹਾ ਸਕਦਾ, ਆਖੋ ਸਤਨਾਮ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਅਸੀਂ ਇੱਥੇ ਇਸ਼ਨਾਨ ਕਰਨ ਵਾਸਤੇ ਨਹੀਂ ਆਏ। ਕਹਿੰਦੇ ਜੀ ਫਿਰ ਤੁਹਾਡੀ ਕਾਹਦੀ ਯਾਤਰਾ, ਜੇ ਤੀਰਥ ਤੇ ਨਹਾਉਣਾ ਹੀ ਨਹੀਂ, ਅਸੀਂ ਤੁਹਾਡੀ ਯਾਤਰਾ ਨੂੰ ਯਾਤਰਾ ਹੀ ਨਹੀਂ ਮੰਨਦੇ। ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸ਼ਬਦ ਉਚਾਰਿਆ ਸੀ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਗੱਲ ਪਹਿਲਾਂ ਹੀ ਮੈਂ ਬੇਨਤੀ ਕਰਦਿਆਂ, ਤੀਰਥਾਂ ਨੂੰ ਮਾੜੇ ਨਹੀਂ ਕਿਹਾ, ਪਰ ਮਹਾਰਾਜ ਕਹਿੰਦੇ ਦੇਖ ਲਿਆ ਕਰੋ ਕਿ ਜਿਸ ਤੀਰਥ ਤੇ ਜਾ ਰਹੇ ਹੋ ਤੁਹਾਨੂੰ ਉੱਥੋਂ ਮਿਲ ਕੀ ਰਿਹਾ। ਭਾਈ ਲੈ ਪਹਿਲਾਂ ਸ਼ਬਦ ਸੁਣ ਲਓ, ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਹੈ, ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। 799 ਅੰਗ ਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਤੀਰਥਾਂ ਨੂੰ ਮਾੜਾ ਨਹੀਂ ਕਿਹਾ। ਕਹਿੰਦੇ ਜੇ ਤੀਰਥ ਤੇ ਜਾ ਕੇ ਤੀਰਥ ਦੀ ਮਰਿਆਦਾ ਨਾ ਸਮਝੀ, ਫਿਰ ਮਾੜੀ ਗੱਲ ਹੈ। ਪਤਾ ਕੀ ਕਹਿੰਦੇ ਆ, ਨਹਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ।
ਕਹਿੰਦੇ ਜੇ ਹਿਰਦੇ ਵਿੱਚ ਤਾਂ ਕਪਟ ਹੈ, ਮਾੜੀ ਸੋਚ ਹੈ, ਫਿਰ ਇਕੱਲੇ ਤੀਰਥਾਂ ਤੇ ਸਰੀਰ ਨੂੰ ਇਸ਼ਨਾਨ ਕਰਾ ਕੇ ਤੇਰਾ ਕਿਵੇਂ ਭਲਾ ਹੋ ਜਾਊਗਾ? ਤਾਂ ਕਿਹਾ ਹੁਣ ਕਈ ਵਾਰੀ ਹੁੰਦਾ ਹੈ ਨਾ, ਸਾਨੂੰ ਪਿੱਛੇ ਜੇ ਕਮਾਈ ਮਿਲੀ, ਕਹਿੰਦੀ ਜੀ ਨਹਾਉਣ ਜਾਣਾ ਮੈਂ, ਆ ਲਓ 50 ਰੁਪਏ ਮੇਰੀ ਅਰਦਾਸ ਕਰ ਦਿਓ, ਮੈਂ ਗੁਰਪੁਰਬ ਤੇ ਗੁਰੂ ਨਾਨਕ ਦੇ ਗੁਰਦੁਆਰੇ ਨਹੀਂ ਆ ਸਕਦੀ। ਮੈਂ ਵੈਸੇ ਹੀ ਪੁੱਛ ਲਿਆ ਵੀ ਕਿੱਥੇ ਜਾਣਾ, ਕਹਿੰਦੀ ਨਾਮ ਤਾਂ ਨਹੀਂ ਮੈਨੂੰ ਪਤਾ, ਉੱਥੇ ਜਾਣਾ ਜਿੱਥੋਂ ਭਾਂਡੇ ਚੱਕ ਕੇ ਲਿਆਉਂਦੇ ਹੁੰਦੇ ਆ। ਕਹਿੰਦੇ ਮੈਂ ਕਿਹਾ ਵੀ ਉਹ ਕਿਹੜਾ ਤੀਰਥ? ਕਹਿੰਦੀ ਆ ਜਗਾਦਰੀ ਵੱਲੀ। ਹੁਣ ਅਸੂਲ ਤਾਂ ਦੇਖੋ, ਜਗਾਦਰੀ ਭਾਂਡੇ ਵੱਧ ਬਣਦੇ ਆ, ਉੱਥੋਂ ਦੁਨੀਆ ਖਰੀਦ ਲਿਆਉਂਦੀ ਸੀ, ਉਹਨੂੰ ਕਿਸੇ ਨੇ ਐਂ ਕਹਿਤਾ ਵੀ ਉੱਥੋਂ ਚੋਰੀ ਕਰਕੇ ਭਾਂਡਾ ਲਿਆਉਣਾ ਪੈਂਦਾ, ਨਹੀਂ ਯਾਤਰਾ ਨਹੀਂ ਲੱਗਦੀ। ਜੇ ਹੁਣ ਇਹੋ ਜਿਹੇ ਕੰਮ ਆਪਾਂ ਕਰਨੇ ਹੈ, ਫਿਰ ਤੀਰਥ 'ਤੇ ਜਾਣ ਦਾ ਭਾਈ ਕੀ ਫਾਇਦਾ? ਇਸੇ ਕਰਕੇ ਮਹਾਰਾਜ ਕਹਿੰਦੇ, ਕਹਿੰਦੇ ਜੇ ਮਨ 'ਚ ਤਾਂ ਤੇਰੇ ਖੋਟ ਹੈ, ਜਾਂਦਾ ਫਿਰਦਾ ਤੂੰ ਤੀਰਥ 'ਤੇ, ਫਿਰ ਤਾਂ ਤੇਰਾ ਪੁੰਨ ਤਾਂ ਕੀ ਲੱਗਣਾ, ਸਗੋਂ ਪਾਪ ਚੜ੍ਹਾ ਕੇ ਲਿਆਏਗਾ। ਉਹ ਅੱਗੇ ਦੱਸਿਆ ਹੈ, ਇੱਕ ਭਾਉ ਲੱਥੀ ਨਾਤਿਆ, ਦੋਏ ਪਾ ਚੜੀ ਅਸ ਹੋਰ। ਕਹਿੰਦੇ ਗਿਆ ਤਾਂ ਸੀ ਵੀ ਮੈਂ ਮੈਲ ਲਾ ਕੇ ਆਊਂਗਾ, ਪੁੰਨ ਖੱਟ ਕੇ ਆਊਂਗਾ, ਪਰ ਇੱਕ ਭਾਰ ਲਾਉਂਦਾ ਲਾਉਂਦਾ ਦੁੱਗਣਾ ਚੜ੍ਹਾ ਕੇ ਆ ਗਿਆ। ਉਹ ਕਿਉਂ ਚੜ੍ਹਦੇ ਸੀ ਭਲਾ? ਜਿਵੇਂ ਹੁਣ ਸੁਣ ਰਹੀ ਹੈ ਨਾ ਕਥਾ, ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਬਾਲਾ ਜੀ ਗਏ ਤੇ ਉੱਥੋਂ ਦੇ ਰਹਿਣ ਵਾਲੇ ਕਹਿੰਦੇ, ਇੱਕ ਹਿੰਦੂ ਇੱਕ ਮੁਸਲਮਾਨ ਸਾਡੇ ਤੀਰਥ 'ਤੇ ਨਹਾਓਗੇ ਤਾਂ ਤੁਹਾਡਾ ਭਲਾ ਹੋਜੂ, ਨਹੀਂ ਨਹੀਂ ਹੋਣਾ। ਫਿਰ ਮੁਸਲਮਾਨ ਨੂੰ ਕਹਿੰਦੇ ਅਸੀਂ ਨਹਾਉਣ ਹੀ ਨਹੀਂ ਦੇਣਾ। ਮਹਾਰਾਜ ਕਹਿੰਦੇ ਤਾਂ ਇਨਸਾਨੀਅਤ ਵਿੱਚ ਵੰਡੀਆਂ ਪਾਤੀਆਂ ਤੁਸੀਂ, ਫੁੱਟ ਪਾਤੀ ਇਹ ਠੀਕ ਨਹੀਂ ਹੈ। ਤਾਂ ਮਹਾਰਾਜ ਨੇ ਕਿਹਾ ਸੀ, ਬਾਹਰ ਧੋਤੀ ਤੂੰ ਮੜੀ, ਅੰਦਰ ਵੇਸਨ ਕੋਰ। ਮਹਾਰਾਜ ਨੇ ਫਿਰ ਉਦਾਹਰਣ ਦਿੱਤੀ, ਕੌੜ ਤੁੰਮਾ ਲੈ ਲਓ। ਕਹਿੰਦੇ ਕੌੜ ਤੁੰਮਾ ਆਪਾਂ ਪਿੰਡਾਂ ਦੇ ਬੈਠੇ ਹਾਂ, ਦੇਖਿਆ ਹੀ ਹੋਣਾ ਸਭ ਨੇ। ਉਹਨੂੰ ਕਿਹਾ ਇੱਥੇ ਤੂਮੜੀ, ਬਾਹਰੋਂ ਤਾਂ ਦੇਖਣ ਨੂੰ ਬੜਾ ਸੋਹਣਾ ਹੁੰਦਾ, ਪਰ ਜੇ ਕਿਤੇ ਭੁਲੇਖੇ ਨਾਲ ਉਹਦੀ ਗੁੱਦ ਜੀਭ 'ਤੇ ਟਿਕ ਜੇ, ਇੰਨਾ ਕੌੜਾ ਹੁੰਦਾ, ਖਾ ਨਹੀਂ ਸਕਦੇ ਆਪਾਂ। ਮਹਾਰਾਜ ਕਹਿੰਦੇ ਕੌੜ ਤੁੰਮੈ, ਉਹਨੂੰ ਜਿੰਨਾ ਮਰਜ਼ੀ ਧੋਈ ਚੱਲੋ, ਬਾਹਰੋਂ ਤਾਂ ਚਮਕਾ ਸਕਦੀ ਹੈ ਪਰ ਅੰਦਰੋਂ ਉਹਦੀ ਕੁੜੱਤਣ ਨਹੀਂ ਜਾਂਦੀ। ਗੱਲ ਸਿੱਖੋ ਆਪਣੀ ਵੀ ਨਾਲ ਹੀ ਹੈ, ਜੇ ਗੁਰਦੁਆਰਾ ਸਾਹਿਬ ਆ ਕੇ ਸਰੋਵਰ 'ਤੇ ਇਸ਼ਨਾਨ ਵੀ ਕਰ ਲਿਆ, ਗੁਰੂ ਮਹਾਰਾਜ ਨੂੰ ਮੱਥਾ ਵੀ ਟੇਕ ਲਿਆ, ਇਹ ਵੀ ਕਹਿ ਲਓ ਵੀ ਅੰਮ੍ਰਿਤ ਵੀ ਛਕ ਲਿਆ, ਪਾਠ ਭਜਨ ਵੀ ਕਰਨ ਲੱਗ ਗਏ, ਮਨ ਵਿੱਚੋਂ ਜਾਤ ਪਾਤ ਨਾ ਨਿਕਲੀ, ਮਨ 'ਚੋਂ ਗਰੀਬ ਅਮੀਰ ਦਾ ਪਾੜਾ ਨਾ ਨਿਕਲਿਆ, ਆਹ ਸਾਡਾ ਮਿੱਤਰ ਹੈ, ਉਹ ਸਾਡਾ ਦੁਸ਼ਮਣ ਹੈ, ਜੇ ਇਹੀ ਗੱਲਾਂ ਮਨ 'ਚ ਰੱਖੀਆਂ ਫਿਰ ਆਪਣਾ ਵੀ ਭਲਾ ਨਹੀਂ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕੌਡੇ ਰਾਕਸ਼ ਕੋਲੇ ਵੀ ਗਏ, ਸੱਜਣ ਠੱਗ ਕੋਲ ਵੀ ਗਏ, ਭੂਮੀਏ ਚੋਰ ਕੋਲੇ ਵੀ ਗਏ, ਕਿਸੇ ਨੂੰ ਬੁਰਾ ਬਚਨ ਨਹੀਂ ਕਿਹਾ, ਸਗੋਂ ਸਮਝਾਇਆ, ਉਹਨੂੰ ਤਾਰਤਾ ਗੁਰਮੁਖ। ਬਾਬਰ ਨੇ ਫੜ ਕੇ ਜੇਲ੍ਹ 'ਚ ਬੰਦ ਕੀਤਾ, ਮੇਰੇ ਸਤਿਗੁਰ ਫਿਰ ਵੀ ਉਹਨੂੰ ਕਹਿੰਦੇ ਅਰਦਾਸ ਕਰ ਤੇਰਾ ਭਲਾ ਹੋ ਜੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਸੱਚੇ ਪੁਰਖਾਂ ਦੀ ਨਿਸ਼ਾਨੀ ਗੁਰਮੁਖ। ਇੱਥੇ ਮਹਾਰਾਜ ਕਹਿੰਦੇ ਇਹ ਨਾ ਹੋਵੇ ਵੀ ਜਿਵੇਂ ਕੌੜ ਤੋਂ ਮੈਂ ਬਾਹਰੋਂ ਤਾਂ ਧੋਈ ਚੱਲੀਏ,
ਅੰਦਰੋਂ ਉਹਦੀ ਕੁੜੱਤਣ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਮਾਂ ਨਾਨਕ ਪਾਤਸ਼ਾਹ ਕਹਿੰਦੇ ਜੇ ਤੁਸੀਂ ਸਾਨੂੰ ਇੱਥੇ ਨਹੀਂ ਨਹਾਉਣ ਦਿੰਦੇ ਨਾ ਨਹਾਉਣ ਦਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦੇ ਕਿਉਂ, ਫਿਰ ਉਹ ਅੱਗੇ ਦੱਸਿਆ ਹੈ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਕਹਿੰਦੇ ਜਿਹੜਾ ਕੋਈ ਸੰਸਾਰ ਦਾ ਭਲਾ ਕਰਦਾ ਹੈ, ਰੱਬ ਦਾ ਨਾਮ ਜਪਦਾ ਹੈ, ਸਾਧੂ ਸੰਤ ਹੈ, ਉਹ ਤੀਰਥ ਤੇ ਨਾਮ ਵੀ ਨਹਾਵੇ ਤਾਂ ਕੋਈ ਗੱਲ ਨਹੀਂ, ਉਹ ਤਾਂ ਫਿਰ ਵੀ ਚੰਗਾ। ਪਰ ਜੇ ਮਨ 'ਚ ਚੋਰ ਹੈ ਫਿਰ ਜਿੰਨਾ ਮਰਜ਼ੀ ਤੀਰਥਾਂ ਤੇ ਨਹਾਈ ਚੱਲ ਚੋਰ ਹੀ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੈ ਪੜਿਓ ਬਚਨ, ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ। ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ। ਤੇਰੇ ਅੰਦਰੋਂ ਤੀਰਥ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ। ਤਾਂ ਕਿਹਾ ਕਹਿੰਦੇ ਬਾਹਰ ਧੋਤੀ ਤੂਮੜੀ ਅੰਦਰ ਵਿਸ਼ ਨਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਕਹਿੰਦੇ ਜਿਹੜਾ ਬੰਦਾ ਧਰਮ ਕਰਦਾ, ਰੱਬ ਦਾ ਨਾਮ ਜਪਦਾ, ਸੰਸਾਰ ਦਾ ਭਲਾ ਕਰਦਾ, ਉਹ ਨਾਮ ਵੀ ਨਹਾਵੇ ਤੇ ਤਾਂ ਵੀ ਪ੍ਰਵਾਨ ਹੈ। ਪਰ ਜੇ ਮਨ 'ਚ ਚੋਰ ਹੈ ਜਿੰਨਾ ਮਰਜ਼ੀ ਨਹਾਈ ਚੱਲ ਤੂੰ ਪ੍ਰਵਾਨ ਨਹੀਂ ਹੋਣਾ। ਆਖੋ ਸਤਨਾਮ। ਇਸ ਕਰਕੇ ਭਾਈ ਇਹ ਐਂ ਨਾ ਸਮਝਿਓ ਵੀ ਇਕੱਲਾ ਉੱਥੇ ਪੁਸ਼ਕਰ ਦੇ ਪੰਡਤਾਂ ਨੂੰ ਹੀ ਸਮਝਾਇਆ। ਇਹ ਹੁਣ ਬਾਣੀ ਜਦੋਂ ਪੜ੍ਹਦੇ ਹਾਂ ਨਾ ਆਪਾਂ ਨੂੰ ਵੀ ਮਹਾਰਾਜ ਕਹਿ ਰਿਹਾ। ਮੈਂ ਸ਼ੁਰੂ 'ਚ ਬੇਨਤੀ ਕੀਤੀ ਹੈ ਗੁਰੂ ਸਾਹਿਬਾਨ ਸੰਤਾਂ ਭਗਤਾਂ ਦੇ ਬੋਲ ਸਾਰੇ ਸੰਸਾਰ ਵਾਸਤੇ ਸਾਂਝੇ ਹੁੰਦੇ ਆ, ਜਿਹੜਾ ਵੀ ਸੁਣ ਕੇ ਮੰਨੂ ਉਹ ਤਰ ਜਾਂਦਾ। ਆਖੋ ਸਤਨਾਮ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਸਾਰੇ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ ਜਿਹੜੀ ਇਹ ਮਹਾਂਪੁਰਖਾਂ ਦੇ ਬਚਨ ਹੁੰਦੇ ਆ। ਮਹਾਰਾਜ ਪੰਡਿਤ ਚੇਤਨ ਦਾਸ ਨੂੰ ਮਿਲੇ, ਕਹਿੰਦੇ ਚੇਤਨ ਦਾਸ ਜੀ ਤੀਰਥ ਦਾ ਅਸਲੀ ਮਕਸਦ ਸਮਝੋ। ਤੇ ਬਾਣੀ 'ਚ ਵੀ ਲਿਖਿਆ ਭਾਈ ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਹੇ ਦੁਨੀਆਂ ਵਾਲਿਓ ਤੀਰਥਾਂ ਤੇ ਜਾਣੇ ਤਾਂ ਹੈਗੇ ਹੋ
ਪਰ ਇਹ ਵੇਖ ਲਿਆ ਕਰੋ ਵੀ ਉੱਥੇ ਕੋਈ ਰੱਬ ਦੀ ਗੱਲ ਸੁਣਾਉਣ ਵਾਲਾ ਹੈਗਾ। ਤੁਹਾਡਾ ਜੀਵਨ ਸੁਖੀ ਕਿਵੇਂ ਹੋ ਸਕਦਾ ਹੈ? ਤੁਹਾਨੂੰ ਕੋਈ ਗਿਆਨ ਦੇਣ ਵਾਲਾ ਹੈਗਾ? ਜੇ ਉੱਥੇ ਕੋਈ ਰੱਬ ਦੀ ਗੱਲ ਜਾਂ ਤੁਹਾਡੇ ਭਲੇ ਦੀ ਗੱਲ ਨਹੀਂ ਸੁਣਾਉਂਦਾ, ਫਿਰ ਜਾਣ ਦਾ ਕੋਈ ਫਾਇਦਾ ਨਹੀਂ। ਆਖੋ ਸਤਨਾਮ। ਪਾਣੀ ਦਾ ਇਸ਼ਨਾਨ ਕੁਝ ਸਮੇਂ ਵਾਸਤੇ ਸਾਡੇ ਸਰੀਰ ਨੂੰ ਤਾਂ ਸ਼ਾਂਤੀ ਦੇ ਸਕਦਾ, ਪਰ ਸੱਚੀ ਗੱਲ ਇਹ ਹੈ ਮਨ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਤੇ ਦੁਖੀ ਤਾਂ ਸਾਡਾ ਮਨ ਹੈ, ਭਟਕਣਾ ਮਨ ਨੂੰ ਲੱਗੀ। ਇਹ ਭਟਕਣਾ ਤਾਂ ਟਿਕੂ ਜੇ ਗੁਰੂ ਦੇ ਬਚਨ ਮੰਨ ਕੇ ਅਸੀਂ ਉਹਨਾਂ ਦੇ ਅਨੁਸਾਰ ਚੱਲਾਂਗੇ। ਗੁਰੂ ਸੁਣ ਲਿਓ ਫਿਰ, ਮਹਾਰਾਜ ਕਹਿੰਦੇ ਪੰਡਿਤ ਚੇਤਨ ਦਾਸ ਜੀ, ਇੱਥੇ ਕੋਈ ਵੀ ਆਵੇ ਇਸ਼ਨਾਨ ਕਰੇ, ਉਹਨੂੰ ਕਿਹਾ ਕਰੋ ਕਿ ਪਰਮਾਤਮਾ ਦਾ ਭਜਨ ਕਰ। ਜਿੱਥੇ ਭਜਨ ਕਰਦੇ ਹੋ ਉੱਥੇ ਪਰਮਾਤਮਾ ਨੇ ਜਿਹੜੇ ਜੀਵ ਬਣਾਏ ਹੈ ਨਾ, ਸ੍ਰਿਸ਼ਟੀ ਸਾਜੀ ਹੈ, ਇੱਕ ਦੂਜੇ ਦਾ ਸਤਿਕਾਰ ਕਰਿਆ ਕਰੋ। ਜੇ ਕੋਈ ਆਪ ਤੋਂ ਅੱਗੇ ਵਾਲਾ ਮਿਲੇ ਉਹ ਤੋਂ ਗਿਆਨ ਲੈ ਕੇ ਅੱਗੇ ਹੋਣਾ। ਜੇ ਕੋਈ ਆਪ ਤੋਂ ਨੀਵੇਂ ਪੱਧਰ ਦਾ ਮਿਲ ਜੇ, ਮਾੜਾ ਮਿਲ ਜੇ, ਉਹਨੂੰ ਹੋਰ ਨਾ ਦੱਬੋ, ਉਹਨੂੰ ਕੁਛ ਨਾ ਕੁਛ ਦੇ ਕੇ ਉੱਚਾ ਕਰਨਾ, ਆਪਣੇ ਬਰਾਬਰ ਕਰਨਾ। ਇਹ ਹੈ ਗੁਰਮਤ ਦਾ ਮਾਰਗ। ਜਦੋਂ ਇਹ ਉਪਦੇਸ਼ ਪੰਡਿਤ ਚੇਤਨ ਦਾਸ ਨੇ ਸੁਣਿਆ, ਮਹਾਰਾਜ ਦੇ ਚਰਨੀ ਪੈ ਗਿਆ ਗੁਰੂ। ਸਤਿਗੁਰੂ ਕਹਿੰਦੇ ਅਸੀਂ ਤੁਹਾਨੂੰ ਇੱਥੇ ਝੁਕਾਉਣ ਵਾਸਤੇ ਨਹੀਂ ਆਏ, ਅਸੀਂ ਤਾਂ ਤੁਹਾਨੂੰ ਇਹ ਕਹਿੰਦੇ ਹਾਂ ਵੀ ਜਿਵੇਂ ਅਸਲੀ ਮਰਿਆਦਾ ਪਰਮਾਤਮਾ ਦੀ ਹੈ ਉਹਦੇ 'ਤੇ ਪਹਿਰਾ ਦੇਣਾ, ਸਾਡਾ ਸਤਿਕਾਰ ਕਰੋ, ਪਰ ਸਾਡੀ ਖੁਸ਼ੀ ਤਾਂ ਮਿਲੂ। ਇੱਥੇ ਕੋਈ ਵੀ ਆਵੇ ਕਿਸੇ ਤੋਂ ਨਫ਼ਰਤ ਨਹੀਂ ਕਰਨੀ। ਆਖੋ ਸਤਨਾਮ। ਅਤੇ ਆਪਾਂ ਵੀ ਇਹ ਗੱਲ ਨੂੰ ਸਮਝਣਾ ਭਾਈ, ਗੁਰੂ ਘਰ ਜਿਹੜੇ ਬਣਦੇ ਹੈ ਨਾ, ਜਾਂ ਸਿੱਖ ਜਿਹੜੇ ਬਣਦੇ ਹੈ, ਸਿੱਖ ਤਾਂ ਹੈ ਜੇ ਗੁਰੂ ਦੀ ਮਰਿਆਦਾ 'ਚ ਆਵਾਂਗੇ। ਸਿੱਖ ਉਹ ਹੈ ਜਿਹਦੇ ਪੱਲੇ ਗੁਰੂ ਦੀ ਸਿੱਖਿਆ, ਅਤੇ ਗੁਰੂ ਦੀ ਸਿੱਖਿਆ ਕੀ ਹੈ? ਜਿਹੜਾ ਕੋਈ ਆ ਜੇ ਤੱਕ ਕੇ ਸ਼ਰਨ ਜੀ, ਜਿੰਦ ਜਾਂਦੀ ਜਾਵੇ ਦੇਈਏ ਨਾ ਮਰਨ। ਜੇ ਕੋਈ ਸਾਡੀ ਸ਼ਰਨ ਤੱਕ ਲੇ ਉਹਦਾ ਨਜਾਇਜ਼ ਫਾਇਦਾ ਨਾ ਉਠਾਇਆ, ਉਹਨੂੰ ਮਰਨ ਨਹੀਂ ਦੇਣਾ, ਭਲਾ ਕਰਨਾ ਸਭ ਦਾ। ਭਾਈ ਕਹਿੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਦਾਂ ਦੇ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸੁਣਾਏ, ਤੇ ਜਨੋ ਪੜ੍ਹੇ ਇਹ ਸ਼ਬਦ ਮਰਦਾਨਾ ਜੀ ਨੂੰ ਕਹਿੰਦੇ ਖੋਲੋ ਰਬਾਬ, ਬਾਣੀ ਆਈ ਹੈ। ਮੇਰੇ ਸਤਿਗੁਰ ਨੇ ਕੀਰਤਨ ਸ਼ੁਰੂ ਕਰਤਾ, ਤੇ ਉੱਥੋਂ ਦੇ ਜਿੰਨੇ ਆਲੇ ਦੁਆਲੇ ਤੀਰਥਾਂ ਤੇ ਇਸ਼ਨਾਨ ਕਰਨ ਆਏ ਸੀ ਨਾ 52 ਘਾਟਾਂ ਤੇ, ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਨੇੜੇ ਹੋ ਕੇ ਬਹਿ ਗਏ। ਆਖੋ ਸਤਨਾਮ। ਉੱਥੇ ਫਿਰ ਸਤਿਗੁਰ ਜੀ ਨੇ ਇਹੀ ਉਪਦੇਸ਼ ਸਾਰਿਆਂ ਨੂੰ ਦਿੱਤਾ ਸੀ, ਕਹਿੰਦੇ ਤੀਰਥਾਂ ਤੇ ਨਹਾ ਲਓ, ਚੰਗੀ ਗੱਲ ਹੈ, ਪਰਮਾਤਮਾ ਦਾ ਭਜਨ ਕਰੋ, ਮਨ ਚੋਂ ਦੂਜਿਆਂ ਦੇ ਪ੍ਰਤੀ ਈਰਖਾ ਕੱਢੋ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਤੁਹਾਨੂੰ ਕੋਈ ਨਫ਼ਰਤ ਵੀ ਕਰਦਾ ਹੈ, ਤੁਸੀਂ ਤਾਂ ਵੀ ਉਹਦਾ ਸਤਿਕਾਰ ਕਰਨਾ। ਆਖੋ ਸਤਨਾਮ। ਇਹ ਗੁਰੂਆਂ ਦੇ ਬੋਲ ਨੇ। ਇੱਥੇ ਹੁਣ ਪਾਤਸ਼ਾਹ ਅੱਗੇ ਹੋਰ ਦੱਸਦੇ ਹਨ, ਪੌੜੀ ਆਪੇ ਹੁਕਮ ਚਲਾਏਂਦਾ, ਜੱਗ ਧੰਦੇ ਲਾਇਆ। ਕਹਿੰਦੇ ਉਸ ਵਾਹਿਗੁਰੂ ਨੇ ਸੰਸਾਰ ਨੂੰ ਧੰਦੇ ਲਾਇਆ ਹੋਇਆ,
ਸਾਰੇ ਉਹਦੇ ਹੁਕਮ ਵਿੱਚ ਚੱਲ ਰਹੇ ਹਨ। ਇੱਕ ਆਪੇ ਹੀ ਆਪ ਲਾਏ ਹਨ, ਗੁਰ ਤੇ ਸੁਖ ਪਾਇਆ। ਇੱਕ ਆਪੇ ਹੀ ਆਪ ਲਾਏ ਹਨ, ਗੁਰ ਤੇ ਸੁਖ ਪਾਇਆ। ਕਈਆਂ ਨੂੰ ਤਾਂ ਪਰਮਾਤਮਾ ਨੇ ਖੁਦ ਹੀ ਕਿਰਪਾ ਕਰਕੇ ਆਪਣੇ ਬੰਨੀ ਲਾ ਲਿਆ, ਉਹ ਗੁਰੂ ਦੇ ਚਰਨੀ ਲਾਗੇ ਤੇ ਸੁਖ ਪ੍ਰਾਪਤ ਕਰਦੇ ਹਨ। ਦਹ ਦਿਸ ਇਹੋ ਮਨ ਧਾਵਦਾ, ਗੁਰ ਠਾਕਰ ਹਾਇਆ। ਇਹ ਮਨ ਕਈ ਪਾਸੇ ਭੱਜਦਾ ਫਿਰਦਾ ਸੀ, ਇੱਥੇ ਦਸ ਦਿਸਾਂ ਦਾ ਜ਼ਿਕਰ ਕੀਤਾ। ਕਹਿੰਦੇ ਦਸ ਪਾਸੇ ਮਨ ਭੱਜਿਆ ਫਿਰਦਾ ਸੀ, ਪਰ ਗੁਰੂ ਨੇ ਸਮਝਾ ਕੇ ਇਹਨੂੰ ਇੱਕ ਥਾਂ ਤੇ ਰੋਕ ਦਿੱਤਾ, ਟਿਕਾ ਦਿੱਤਾ। ਜਿਵੇਂ ਹੁਣ ਪੁਰਾਣੇ ਸਮੇਂ 'ਚ ਕੋਈ ਧਾਗੇ ਤਵੀਜ਼ ਪਾਉਂਦਾ, ਕੋਈ ਕਬਰਾਂ ਦੀ ਪੂਜਾ ਕਰਦਾ ਹੈ, ਜੇ ਕਿਸੇ ਦੇ ਮਾਤਾ ਨਿਕਲ ਆਉਂਦੀ ਜਰਗ ਦੇ ਮੇਲੇ 'ਤੇ ਜਾ ਕੇ ਗਧਿਆਂ ਦੀ ਪੂਜਾ ਕਰਦੇ ਸੀ, ਇਹ ਆਮ ਹੁੰਦਾ ਸੀ ਗੁਰੂ। ਪਰ ਮਹਾਰਾਜ ਨੇ ਸਮਝਾਇਆ, ਕਹਿੰਦੇ ਆਪ ਹੀ ਮਰੇ ਹੋਏ ਦੀ ਯਾਦ 'ਚ ਮਟੀ ਬਣਾ ਕੇ ਆਪ ਹੀ ਉਹ ਤੋਂ ਡਰੀ ਜਾਣਾ, ਇਹ ਕੋਈ ਸਿਆਣਫ ਨਹੀਂ ਹੈਗੀ। ਕਹਿੰਦੇ ਸਿੱਖਾ ਇਹਨਾਂ ਵਹਿਮਾਂ ਭਰਮਾਂ 'ਚੋਂ ਨਿਕਲ, ਜਿਨ੍ਹਾਂ ਦਾ ਧਰਮ ਕਹਿੰਦਾ ਉਹ ਕਰੀ ਜਾਣ, ਕੋਈ ਗੱਲ ਨਹੀਂ। ਕੋਈ ਕਬਰ ਨੂੰ ਪੂਜੇ, ਕੋਈ ਦੀਵੇ ਜਗਾਵੇ, ਕੋਈ ਲਾਚੀਆਂ ਕਰਕੇ ਖਾਵੇ, ਕੋਈ ਧਾਗਾ ਤਵੀਤ ਗਲ 'ਚ ਪਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਗੁਰੂ ਦਾ ਸਿੱਖ ਕਹਾਉਂਦਾ, ਮਹਾਰਾਜ ਕਹਿੰਦੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ ਭਾਈ। ਇਹ ਜਿਹੜਾ ਮਨ ਭਟਕਦਾ ਨਾ ਕਦੇ ਇੱਧਰ ਕਦੇ ਇੱਧਰ, ਇਹਨੂੰ ਹਟਾ, ਵਿੱਦਿਆ ਪੜ੍ਹ, ਪੜ੍ਹਿਆ ਲਿਖਿਆ ਤਾਂ ਹੈ, ਗੁਰੂ ਦੇ ਬਚਨਾਂ 'ਤੇ ਪਹਿਰਾ ਦੇ, ਪਰਮਾਤਮਾ ਦਾ ਨਾਮ ਜਪ, ਸੰਸਾਰ ਦੇ ਭਲੇ ਲਈ ਵਾਸਤੇ ਯਤਨ ਕਰ, ਫਿਰ ਤੂੰ ਵੀ ਰੱਬ ਦਾ ਰੂਪ ਹੋ ਜਾਏਗਾ। ਇਹੀ ਬਚਨ ਗੁਰੂਆਂ ਨੇ ਸਮਝਾਏ ਅਤੇ ਜਿਹੜੇ ਮੰਨ ਗਏ ਉਹਨਾਂ ਦਾ ਮਨ ਇੱਕ ਥਾਂ 'ਤੇ ਟਿਕ ਗਿਆ। ਪਤਾ ਹੀ ਹੈ ਵੀ ਸੁੱਖ ਆਵੇ ਭਾਵੇਂ ਦੁੱਖ ਆਵੇ, ਉਹ ਗੁਰਮੁਖ ਪਿਆਰਿਓ ਗੁਰੂ ਦੀ ਰਜ਼ਾ 'ਚ ਰਹਿੰਦੇ। ਹੁਣ ਸਾਹਿਬਜ਼ਾਦਿਆਂ 'ਤੇ ਘੱਟ ਦੁੱਖ ਆਇਆ। ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇਗ 'ਚੋਂ ਵਾਲੇ ਗਏ, ਕਿਤੇ ਉੱਬਲਣਾ ਸੌਖਾ ਪਿਆ, ਪਰ ਉਹਨਾਂ ਨੇ ਗੁਰੂ ਦੇ ਬਚਨਾਂ 'ਤੇ ਮਨ ਟਿਕਾ ਲਿਆ। ਅੱਜ ਵੇਖ ਲਓ ਫਿਰ ਉਹਨਾਂ ਦੀ ਜੈ ਜੈਕਾਰ ਹੈ। ਔਰੰਗਜ਼ੇਬ ਭਾਵੇਂ ਰਾਜਾ ਸੀ, ਸਾਰੇ ਤਰ੍ਹਾਂ ਦੇ ਸੁੱਖ ਸੀ, ਫਿਰ ਵੀ ਲਾਹਣਤਾਂ ਹੀ ਪੈਂਦੀਆਂ। ਆਖੋ ਸਤਨਾਮ। ਇਹ ਹੈ ਕਹਿੰਦੇ ਮਨ ਬੜਾ ਭਟਕਦਾ ਸੀ, ਗੁਰੂ ਦੀ ਸਿੱਖਿਆ ਕਰਕੇ ਇੱਕ ਥਾਂ ਤੇ ਟਿਕ ਗਿਆ ਹੈ। ਨਾਵੈ ਨੋ ਸਭ ਲੋਚ ਦੀ ਗੁਰਮਤੀ ਪਾਇਆ। ਕਹਿੰਦੇ ਸਾਰੀ ਸ੍ਰਿਸ਼ਟੀ ਚਾਹੁੰਦੀ ਸੀ ਸਾਨੂੰ ਨਾਮ ਮਿਲੇ, ਕੁਛ ਉਹ ਸੀ ਜਿਹੜੇ ਛੇਤੀ ਛੇਤੀ ਨਾਮ ਦਿੰਦੇ ਹੀ ਨਹੀਂ ਸੀ ਗੁਰੂ। ਪਰ ਮਹਾਰਾਜ ਕਹਿੰਦੇ ਜਿੱਦੇ ਤੋਂ ਗੁਰਮਤ ਦਾ ਪ੍ਰਕਾਸ਼ ਹੋ ਗਿਆ, ਗੁਰੂ ਨੇ ਖਜ਼ਾਨੇ ਖੋਲ੍ਹਤੇ, ਨਾਮ ਦੀ ਦਾਤ ਸਾਨੂੰ ਮਿਲ ਗਈ ਹੈ। ਤੁਰ ਲਿਖਿਆ ਮੇਟ ਨਾ ਸਕੀਐ, ਜੋ ਹਰ ਲਿਖ ਪਾਇਆ। ਕਹਿੰਦੇ ਕੋਈ ਵੀ ਧੁਰ ਦਰਗਾਹ ਤੋਂ ਲਿਖਿਆ ਹੋਇਆ ਲੇਖ ਮੇਟ ਨਹੀਂ ਸਕਦਾ ਜਿਹੜਾ ਪਰਮਾਤਮਾ ਨੇ ਲਿਖਿਆ। ਅਤੇ ਹੁਣ ਐਂਡ ਵਾਲੀ ਗੱਲ ਇਹੀ ਸਮਝ ਲਿਓ, ਪਰਮਾਤਮਾ ਨੇ ਇਹ ਲਿਖਿਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਵੈਸਨ। ਕਹਿੰਦੇ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਦੀ ਸੇਵਾ ਕਰ ਤਾਂ ਤੈਨੂੰ ਸੰਸਾਰ ਵਿੱਚ ਰਹਿਣਾ ਮਿਲੂਗਾ, ਜੇ ਕੰਮ ਨਹੀਂ ਕਰਦਾ ਫਿਰ ਦੇਖਦੇ ਹੀ ਉਹ ਬੜੇ ਇੱਥੇ ਆਏ ਦੁਨੀਆ ਭੁੱਲ ਗਈ, ਉਹ ਖਤਮ ਹੀ ਹੋ ਗਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ।
ਇਹੋ ਜੀ ਵਿਚਾਰ ਜਦੋਂ ਪੰਡਿਤ ਚੇਤਨ ਦਾਸ ਨੇ ਸੁਣੀ ਤੇ ਮੇਰੇ ਸਤਿਗੁਰ ਦੇ ਸ਼ਰਨ ਪੈ ਕੇ ਬੇਨਤੀ ਕੀਤੀ ਸੀ ਸਾਰੀ ਸੰਗਤ ਸਮੇਤ, ਬਖਸ਼ੋ ਗੁਨਾ ਮੇਰੇ ਹੇ ਦਾਤਾ। ਮੈਂ ਕਹਿ ਬੈਠਾ ਕਿ ਹਿੰਦੂਆਂ ਦਾ ਤੀਰਥ ਹੈ, ਇੱਥੇ ਮੁਸਲਮਾਨ ਨਹਾ ਨਹੀਂ ਸਕਦੇ, ਤੁਹਾਡਾ ਇੱਥੇ ਨਹਾਏ ਬਿਨਾਂ ਭਲਾ ਨਹੀਂ ਹੋਣਾ। ਪਰ ਮੈਨੂੰ ਹੁਣ ਪਤਾ ਲੱਗਿਆ ਜਿੱਥੇ ਤੁਹਾਡੇ ਚਰਨ ਪੈ ਗਏ ਉਹ ਤਾਂ ਥਾਵਾਂ ਪੂਜਣ ਯੋਗ ਹੋ ਜਾਣਗੀਆਂ। ਤੁਸੀਂ ਖੁਦ ਭਗਵਾਨ ਹੋ ਹੇ ਮਾਲਕ, ਮੈਂ ਤੁਹਾਡੇ 'ਤੇ ਸ਼ੰਕਾ ਕਰ ਬੈਠਾ, ਲਓ ਕਿਰਪਾ ਕਰੋ, ਬਖਸ਼ੋ ਗੁਨਾ ਮੇਰੇ। ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ। ਬਖਸ਼ੋ ਗੁਨਾ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ। ਬਖਸ਼ੋ ਗੁਨਾ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ। ਬਖਸ਼ੋ ਗੁਨਾ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਨਾ। ਬਖਸ਼ੋ ਗੁਨਾ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਇਹ ਗੱਲ ਕਹੀਏ ਕਿ ਹੇ ਮਾਲਕ, ਪਿਛਲੇ ਸਾਰੇ ਵਹਿਮ ਭਰਮ ਭੁਲੇਖੇ ਛੱਡ ਕੇ ਅਸੀਂ ਆਪ ਜੀ ਦਾ ਆਸਰਾ ਤੱਕਿਆ ਤੇ ਹੁਣ ਸਾਡੀ ਤੁਸੀਂ ਬਾਂਹ ਫੜ ਲਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸੱਚੀ ਗੱਲ ਇਹ ਹੈ ਜਿਹਦੇ ਇੰਨੀ ਨਿਮਰਤਾ ਨਾਲ ਗੁਰੂ ਦਰ ਤੇ ਢਹਿ ਪਏ ਨਾ, ਮਾਲਕ ਆਪਣੇ ਪਿਆਰਿਆਂ ਨੂੰ ਕਦੇ ਡੋਲਣ ਨਹੀਂ ਦਿੰਦਾ, ਆਖੋ ਸਤਨਾਮ। ਪੰਡਿਤ ਚੇਤਨ ਦਾਸ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਦਾ ਬਹੁਤ ਸਤਿਕਾਰ ਕੀਤਾ। ਮੇਰੇ ਮਹਾਰਾਜ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਗੁਰੂ। ਫਿਰ ਸਮਾਂ ਲੰਘਦਾ ਗਿਆ, ਚੇਤਨ ਦਾਸ ਦੀ ਛੇਵੀਂ ਪੀੜ੍ਹੀ ਦੇ ਵਿੱਚੋਂ ਪੰਡਿਤ ਮਦਨ ਦਾਸ ਅਤੇ ਜਸਵੰਤ, ਕਈ ਉਹਨੂੰ ਰਾਏ ਕਹਿੰਦੇ ਸੀ, ਕਈ ਜਸਵੰਤ ਦਾਸ ਕਹਿੰਦੇ ਸੀ,
ਉਹਨਾਂ ਨੇ ਵੀ ਫਿਰ ਗੁਰੂ ਨਾਨਕ ਸਾਹਿਬ ਦੇ ਹੁਕਮਨਾਮੇ ਦੀ ਕਦਰ ਕੀਤੀ, ਸੰਭਾਲਿਆ, ਸਤਿਕਾਰ ਕੀਤਾ। ਚਲਦੇ ਚਲਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉਸੇ ਜਗ੍ਹਾ ਜਾ ਟਿਕੇ ਗਏ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਉੱਥੇ ਵੀ ਫਿਰ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉੱਥੋਂ ਦੇ ਪੁਜਾਰੀਆਂ ਦਾ ਮਿਲਾਪ ਹੁੰਦਾ ਹੈ। ਦੱਸਿਆ ਵੀ ਇੱਥੇ ਗੁਰੂ ਨਾਨਕ ਸਾਹਿਬ ਆਏ ਸੀ, ਸਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਫਿਰ ਕਦੋਂ ਦਰਸ਼ਨ ਦਿਓਗੇ। ਉਹਨਾਂ ਨੇ ਕਿਹਾ ਸੀ ਅਸੀਂ ਦਸਵੇਂ ਜਾਮੇ 'ਚ ਆਵਾਂਗੇ। ਮਹਾਰਾਜ ਕਹਿੰਦੇ ਉਹ ਬਚਨ ਪੂਰਾ ਕਰਨ ਵਾਸਤੇ ਅਸੀਂ ਇੱਥੇ ਆਏ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਉੱਥੋਂ ਦੇ ਪੁਜਾਰੀ ਨੇ ਫਿਰ ਬੇਨਤੀ ਕੀਤੀ, ਕਹਿੰਦਾ ਜੀ ਗੁਰੂ ਨਾਨਕ ਸਾਹਿਬ ਦਾ ਤਾਂ ਸਰੂਪ ਹੋਰ ਸੀ ਤੇ ਤੁਸੀਂ ਨਾਲ ਫੌਜਾਂ ਰੱਖੀਆਂ, ਮੋਢੇ ਬੰਦੂਕਾਂ, ਗਾਤਰੇ ਕਿਰਪਾਨਾਂ, ਤੀਰ ਕਮਾਨ, ਇਹ ਕੈਸਾ ਭੇਸ਼ ਬਣਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਖਾਲਸਾ ਪੰਥ ਸਾਜੇ। ਉਦੋਂ ਥੋੜ੍ਹੇ ਜਿਹੇ ਸਿੱਖ ਸੀ ਮਹਾਰਾਜ ਦੇ, ਸਿੰਘ ਥੋੜ੍ਹੇ ਹੀ ਸੀ ਗੁਰਮੁਖ। ਕਹਿੰਦਾ ਜੀ ਇਹ ਥੋੜ੍ਹੇ ਜਿਹੇ ਤਾਂ ਸਿੰਘ ਨੇ, ਇਹ ਕਾਹਦਾ ਪੰਥ ਹੈ? ਸਤਿਗੁਰ ਕਹਿੰਦੇ ਪੰਡਿਤ ਜੀ ਯਾਦ ਰੱਖਿਓ, ਇਹ ਪੰਥ ਵਧੇ ਫੁੱਲੇਗਾ। ਬਚਨ ਹੋ ਚੁੱਕਿਆ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਕਹਿੰਦੇ ਖਾਲਸੇ ਦਾ ਰਾਜ ਆਉਣਾ, ਜਿਹੜਾ ਕੋਈ ਆਕੀ ਹੋਊਗਾ ਕੋਈ ਵੀ ਨਹੀਂ ਬਚੂਗਾ। ਖੁਆਰ ਹੋਏ ਸਭ ਮਿਲਾਂਗੇ, ਭਾਵੇਂ ਅੱਜ ਕਹਿੰਦੇ ਰੁਲੇ ਖੁਲੇ ਫਿਰਦੇ ਹਾਂ, ਕੋਈ ਕਿੱਧਰ ਕੋਈ ਕਿੱਧਰ, ਕਿਉਂਕਿ ਉਹਦਾ ਸਮਾਂ ਇਹ ਜਿਹਾ ਸੀ ਸਿੱਖਾਂ ਦਾ। ਇਹ ਸਭ ਮਿਲ ਜਾਣਗੇ ਬਚੇ ਸ਼ਰਨ ਜੋ ਹੋਏ। ਕਹਿੰਦੇ ਕਲਯੁੱਗ ਦਾ ਸਮਾਂ ਇਹ ਜਾਊਗਾ, ਉਹ ਬਚ ਜੂ ਜਿਹੜਾ ਗੁਰੂ ਖਾਲਸੇ ਦੀ ਸ਼ਰਨ ਵਿੱਚ ਆਜੂ। ਆਖੋ ਸਤਨਾਮ। ਆ ਹੁਣ ਦੇਖ ਹੀ ਰਹੇ ਹੋ, ਆ ਪਿੱਛੇ ਜੇ ਕਰੋਨਾ ਦਾ ਕਹਿਰ ਢਾਇਆ ਗੁਰੂ, ਸਿੱਖਾਂ ਨੇ ਦਿਲ ਖੋਲ ਕੇ ਲੰਗਰ ਲਾਏ, ਮਾਇਆ ਵਸਤਰ ਅੰਨ ਪਾਣੀ ਵੰਡਿਆ, ਤੇ ਸਰਕਾਰਾਂ ਨੂੰ ਜਦੋਂ ਹੀ ਪੁੱਛ ਲਓ ਕਹਿਣਗੇ ਸਾਡਾ ਤਾਂ ਖਜ਼ਾਨਾ ਖਾਲੀ, ਕੰਮ ਆਪਾਂ ਆਪਦਾ ਕਰਦੇ ਹਾਂ, ਲੋੜ ਪੈਣ ਤੇ ਦਾਨ ਪੁੰਨ ਵੀ ਬਹੁਤ ਕਰਦੇ ਹਾਂ, ਸਾਡੀਆਂ ਕਮਾਈਆਂ 'ਚੋਂ ਫਿਰ ਟੈਕਸ ਭਾਲਦੇ ਆ। ਇਹ ਗੁਰੂਆਂ ਨੇ ਪਹਿਲਾਂ ਹੀ ਰੋਕਿਆ ਸੀ, ਹਜੇ ਤਾਂ ਸਾਡਾ ਰਾਜ ਹੈ ਨਹੀਂ। ਫਿਰ ਵੀ ਇਹੋ ਜਿਹੇ ਵਿਪਤਾ ਦੇ ਸਮੇਂ ਹਰ ਵਾਰੀ ਸਿੱਖ ਖੜੇ, ਜੇ ਕਿਤੇ ਰਾਜ ਖਾਲਸੇ ਦਾ ਹੋਵੇ ਫਿਰ ਕਿੰਨਾ ਆਨੰਦ ਬਣੇ ਗੁਰੂ ਨੇ। ਪਰ ਰਾਜ ਕਰਨ ਦੇ ਯੋਗ ਵੀ ਬਣੋ, ਪੜ੍ਹੋ ਲਿਖੋ, ਆਪਣੇ ਬੱਚਿਆਂ ਨੂੰ ਪੜ੍ਹਾਓ। ਮੈਨੂੰ ਦੁੱਖ ਹੁੰਦਾ ਹੈ ਅਸੀਂ ਇਕੱਲੇ ਨਾਅਰੇ ਲਾਉਣ ਜੋਗੇ, ਧਰਨੇ ਲਾਉਣ ਜੋਗੇ ਹੀ ਨਾ ਰਹਿ ਜਾਈਏ। ਗੁਰਮੁਖ ਜਿਹੜਾ ਪੜ੍ਹ ਲਿਖ ਜਾਂਦਾ ਹੈ ਉਹ ਕਹਿੰਦਾ ਮੈਂ ਹੁਣ ਬਾਹਰ ਨੂੰ ਜਾਣਾ, ਫਿਰ ਪੰਜਾਬ ਨੂੰ ਕੌਣ ਸਾਂਭੂ। ਗੁਰਮੁਖ ਆਪਣੇ ਬੱਚਿਆਂ ਨੂੰ ਪੜ੍ਹਾਓ, ਕੋਈ ਚਾਰਟਰ ਅਕਾਊਂਟੈਂਟ ਬਣੇ, CA ਬਣੇ, ਕੋਈ DC ਬਣੇ, ਉੱਚੇ ਉੱਚੇ ਅਹੁਦਿਆਂ ਤੇ ਪਹੁੰਚੋ। ਜਿੱਥੇ ਬਹਿ ਕੇ ਉਹ ਸਾਡੇ ਤੇ ਜ਼ੁਲਮ ਕਰਦੇ ਆ ਉੱਥੇ ਆਪਣੇ ਬੱਚੇ ਹੋਣਗੇ, ਆਪੇ ਫਰਕ ਪੈ ਜੂ ਗੁਰੂ। ਪਰ ਅਸੀਂ ਨਾ ਤਾਂ ਵਿੱਦਿਆ ਪੜ੍ਹਨੀ ਹੈ, ਪੰਜਾਂ ਦਰਿਆਵਾਂ ਦੀ, ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਨਸ਼ਿਆਂ ਦਾ ਹੜ ਵਗ ਗਿਆ ਗੁਰੂ, ਇਹ ਤਾਂ ਸਾਡਾ ਹਾਲ ਹੋਇਆ। ਹਜੇ ਵੀ ਭਾਈ ਸਮੇਂ ਜੇ ਸੰਭਲਿਆ ਜਾਂਦਾ ਤਾਂ ਸੰਭਲ ਜੋ, ਜੇ ਜ਼ਿੰਦਗੀ ਨੂੰ ਸਫਲ ਬਣਾਉਣਾ। ਠੀਕ ਹੈ ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਗੁਰਮਤ ਦੇ ਮਾਰਗ ਤੇ ਚੱਲਣਾ। ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਕਹਿੰਦੇ ਖਾਲਸਾ ਪੰਥ ਵਧੂ ਫੁੱਲੂਗਾ,
ਤਪ ਤੇਜ ਇੰਨਾ ਵੱਧ ਜੂ ਦੁਨੀਆਂ 'ਚ ਜੈ ਜੈਕਾਰ ਹੋਣੀ ਹੈ ਅਤੇ ਹੋਇਆ ਵੀ ਬਚਨ। ਪਰ ਗੱਲ ਪੁਸ਼ਕਰ ਦੀ ਚੱਲਦੀ ਹੈ, ਉਸ ਜਗ੍ਹਾ ਦਾ ਨਾਮ ਪਿਆ ਸੀ ਗੋਬਿੰਦ ਘਾਟ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਕੇ ਸਜੇ। ਉਹਨਾਂ ਨੇ ਵੀ ਇਹੀ ਉਪਦੇਸ਼ ਦਿੱਤਾ ਸੀ, ਭਾਈ ਅੰਮ੍ਰਿਤ ਛਕੋ ਸਿੰਘ ਸਜੋ, ਗੁਰੂ ਵਾਲੇ ਬਣੋ। ਤਾਂ ਪਿਛਲੇ ਸਮਿਆਂ ਦੇ ਵਿੱਚ ਫਿਰ ਗੁਰਮੁਖ ਪਿਆਰਿਓ ਗਿਆਨੀ ਜੈਲ ਸਿੰਘ ਹੋਣਾਂ ਦੀ ਜਦੋਂ ਸਰਕਾਰ ਆਈ, ਉੱਥੇ ਜਿਹੜਾ ਗੁਰੂਆਂ ਦਾ ਹੁਕਮਨਾਮਾ ਸੀ ਨਾ, ਫਿਰ ਸੋਨੇ ਦੇ ਫਰੇਮ 'ਚ ਮੜਿਆ ਸੀ। ਕਿਉਂਕਿ ਜਿਹੜਾ ਪੰਡਿਤ ਚੇਤਨ ਦਾਸ ਗੁਰੂ ਜੀ ਨੂੰ ਮਿਲਿਆ ਸੀ, ਮਹਾਰਾਜ ਨੇ ਕਿਹਾ ਸੀ ਕੁਛ ਮੰਗੋ, ਤੁਹਾਨੂੰ ਰਾਜ ਭਾਗ ਦੇਈਏ, ਮਾਇਆ ਦੇਈਏ, ਕੀ ਚਾਹੀਦਾ? ਉਹ ਕਹਿੰਦਾ ਸੀ ਮਹਾਰਾਜ ਮਾਇਆ ਦਿਓਗੇ, ਹੀਰੇ ਮੋਤੀ ਸੋਨਾ ਦਿਓਗੇ, ਬਾਲਾ ਚਿਰ ਨਹੀਂ ਚੱਲਣਾ, ਹੈ ਇਹ ਨਹੀਂ ਪਤਾ ਕੋਈ ਚੋਰੀ ਚੋਰੀ ਕਰਕੇ ਲੈ ਜਾਵੇ, ਸਾਨੂੰ ਉਹ ਵਸਤੂ ਦਿਓ ਜਿਹਦੇ ਕਰਕੇ ਸਾਡਾ ਧਿਆਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਅਤੇ ਕੁਲਾਂ ਤੱਕ ਗੁਜ਼ਾਰੇ ਵੀ ਚੱਲਦੇ ਰਹਿਣ। ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਸੀ, ਅੱਜ ਤੱਕ ਉਹਨਾਂ ਦੀ ਕੁਲ ਸੰਭਾਲਦੀ ਆਈ ਆ। ਪਿੱਛੇ ਜੇ ਅਸੀਂ ਗਏ ਸੀ ਉੱਥੇ ਪੰਡਿਤ ਜੀ ਮਿਲੇ, ਉਹਨਾਂ ਨੇ ਆਪਣਾ ਨਾਮ ਹੀ ਨਾਨਕ ਚੰਦ ਰੱਖਿਆ ਹੋਇਆ। ਉਹਨਾਂ ਨੇ ਸਾਨੂੰ ਉਹ ਹੁਕਮਨਾਮਾ ਸਾਹਿਬ ਦੇ ਦਰਸ਼ਨ ਵੀ ਕਰਵਾਏ। ਬਹੁਤ ਵੱਡਾ ਪਵਿੱਤਰ ਸਥਾਨ ਹੈ ਪੁਸ਼ਕਰ ਦਾ, ਦੁਨੀਆ ਜਾਂਦੀ ਹੈ, ਪਰ ਉੱਥੇ ਮਹਾਰਾਜ ਨੇ ਆ ਸ਼ਬਦ ਉਚਾਰਿਆ ਸੀ ਜਿਹਦੀ ਆਪਾਂ ਵਿਚਾਰ ਕੀਤੀ ਹੈ। ਕਹਿੰਦੇ ਨਹਾਉਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਭਾ ਚੜੀਆ ਸਹੋਰ। ਸੋ ਆਪਾਂ ਵੀ ਭਾਵੇਂ ਗੁਰਸਥਾਨ 'ਤੇ ਜਾਈਏ, ਭਾਵੇਂ ਕਿਤੇ ਹੋਰ ਜਾਈਏ, ਇਹ ਨਾ ਹੋਵੇ ਉੱਥੋਂ ਕੋਈ ਨਿੰਦਿਆ ਚੁਗਲੀ ਜਾਂ ਹੋਰ ਕੰਮ ਕਰਕੇ ਭਾਰ ਹੋਰ ਚੜ੍ਹਾ ਕੇ ਆ ਜਾਈਏ। ਕੁਛ ਲਾਹਾ ਖੱਟਣ ਜਾਣਾ, ਇਸ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਪੜ੍ਹਾਓ, ਆਪਣੇ ਘਰ ਪਰਿਵਾਰਾਂ ਨੂੰ ਸੰਭਾਲੋ, ਨਸ਼ੇ ਪੱਤੇ ਤੋਂ ਰਹਿਤ ਹੋਵੋ, ਗੁਰਬਾਣੀ ਘਰਾਂ 'ਚ ਪੜ੍ਹਿਆ ਕਰੋ ਵੱਧ ਤੋਂ ਵੱਧ। ਜਿੱਥੇ ਸਕੂਲਾਂ ਕਾਲਜਾਂ ਦੀ ਵਿੱਦਿਆ ਪੜ੍ਹਨੀ ਹੈ ਉੱਥੇ ਭਾਈ ਭਜਨ ਪਾਠ ਵੀ ਕਰਿਆ ਕਰੋ, ਹਿੰਦੂਓ ਰਾਮ ਰਾਮ ਕਹਿ ਲਓ, ਮੁਸਲਮਾਨ ਨੂੰ ਅੱਲਾ ਅੱਲਾ ਕਹਿ ਲਓ, ਸਿੱਖੋ ਗੁਰਬਾਣੀ ਪੜ੍ਹ ਲਓ, ਜੇ ਨਹੀਂ ਵੀ ਪੜ੍ਹ ਹੁੰਦੀ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ, ਇਹਦੇ ਨਾਲ ਬਰਕਤਾਂ ਪੈਣੀਆਂ। ਮਹਾਰਾਜ ਕਹਿੰਦੇ ਨਾਮ ਰਹੇ ਹੋ ਸਾਧੂ, ਰਹੇ ਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਇਹ ਤਾਂ ਮਾਲਕ ਨੇ ਕਿਰਪਾ ਕਰਤੀ, ਸਾਨੂੰ ਮਨੁੱਖਾ ਸਰੀਰ ਮਿਲ ਗਿਆ ਗੁਰੂ। ਇੱਕ ਵਾਰੀ ਦੀ ਕਥਾ ਆਉਂਦੀ ਹੈ, ਕਹਿੰਦੇ ਇੱਕ ਰਾਜਾ ਸੀ, ਉਹ ਸੈਰ ਕਰਨ ਚਲਿਆ ਗਿਆ, ਵਜ਼ੀਰ ਅਹਿਲਕਾਰ ਨੌਕਰ ਚਾਕਰ ਰਹਿ ਗਏ ਪਿੱਛੇ, ਅਤੇ ਇੰਨਾ ਤੇਜ਼ ਘੋੜਾ ਭਜਾਇਆ ਰਾਹ ਭੁੱਲ ਗਿਆ ਗੁਰੂ। ਬੜੇ ਸੰਘਣੇ ਜੰਗਲ ਵਿੱਚ ਗਿਆ, ਮੁੜ ਕੇ ਉਹਨੂੰ ਪਤਾ ਹੀ ਨਾ ਲੱਗੇ ਮੈਂ ਜਾਣਾ ਕਿੱਧਰ ਹੈ। ਗਰਮੀ ਬਹੁਤ, ਪਿਆਸ ਲੱਗੀ ਪਾਣੀ ਦੀ, ਇੰਨੇ ਨੂੰ ਮੂਹਰੇ ਇੱਕ ਲੱਕੜਹਾਰਾ ਟੱਕਰ ਗਿਆ ਗੁਰੂ, ਅਤੇ ਲੱਕੜਹਾਰੇ ਨੇ ਰਾਜੇ ਨੂੰ ਦੇਖ ਲਿਆ, ਪੁੱਛਿਆ ਭਾਈ ਕੌਣ ਹੈ? ਉਹਨੇ ਫਿਰ ਦੱਸਿਆ, ਕਹਿੰਦਾ ਮੈਂ ਫਲਾਣੇ ਇਲਾਕੇ ਦਾ ਰਾਜਾ, ਸ਼ਹਿਰ ਕਰਦੇ ਕਰਦੇ ਲੰਬੇ ਨਿਕਲ ਆਏ, ਹੁਣ ਮੈਂ ਰਾਹ ਭੁੱਲ ਗਿਆ, ਭਾਈ ਪਿਆਸ ਲੱਗੀ ਹੈ, ਪਾਣੀ ਹੈਗਾ ਤਾਂ ਮੈਨੂੰ ਪਿਲਾ ਦੇ। ਲੱਕੜਹਾਰੇ ਨੇ ਪਹਿਲਾਂ ਤਾਂ ਪਾਣੀ ਪਿਆਇਆ ਗੁਰਮੁਖ, ਫਿਰ ਉਹਨੂੰ ਦੱਸਿਆ, ਕਹਿੰਦਾ ਜੀ ਆਹ ਪੱਗ ਡੰਡੀ ਫੜ ਲਓ, ਸਿੱਧੇ ਹੀ ਤੁਰੇ ਜਾਇਓ, ਤੁਸੀਂ ਆਪਣੇ ਇਲਾਕੇ 'ਚ ਟਿਕਾਣੇ 'ਤੇ ਪਹੁੰਚ ਜਾਓਗੇ। ਰਾਜੇ ਨੇ ਉਹਦਾ ਧੰਨਵਾਦ ਕੀਤਾ ਅਤੇ ਆਪਣੀ ਉਂਗਲ ਵਿੱਚੋਂ ਲਾਹ ਕੇ ਇੱਕ ਮੁੰਦਰੀ ਉਹ ਲੱਕੜਹਾਰੇ ਨੂੰ ਦੇਤੀ, ਕਹਿੰਦਾ ਆਹ ਤੈਨੂੰ ਨਿਸ਼ਾਨੀ ਦੇ ਚੱਲਿਆ, ਇਹ ਨਿਸ਼ਾਨੀ ਲੈ ਕੇ ਮੇਰੇ ਦਰਬਾਰ 'ਚ ਆ ਜੀ,
ਅੱਜ ਤੈਂ ਮੈਨੂੰ ਭੁੱਲੇ ਨੂੰ ਰਾਹ ਪਿਆਇਆ, ਪਾਣੀ ਪਿਲਾਇਆ, ਮੈਂ ਤੈਨੂੰ ਇਨਾਮ ਦਿਉ। ਚਲੋ ਜੀ, ਰਾਜਾ ਚਲਿਆ ਗਿਆ। ਲੱਕੜਹਾਰੇ ਨੇ ਦੂਜੇ ਤੀਜੇ ਦਿਨ ਉਹ ਮੁੰਦਰੀ ਲਈ ਤੇ ਜਾ ਪਹੁੰਚਿਆ ਰਾਜੇ ਦੇ ਦਰਬਾਰ। ਦਿਖਾਤੀ ਵੀ ਆਹ ਤੁਹਾਡੀ ਨਿਸ਼ਾਨੀ ਹੈ ਜੀ, ਤੁਸੀਂ ਮੈਨੂੰ ਮਿਲੇ ਸੀ, ਕਿਹਾ ਸੀ ਇਹ ਲੈ ਕੇ ਆਈ। ਰਾਜਾ ਕਹਿੰਦਾ ਹਾਂ। ਉਹਦਾ ਬੜਾ ਸਤਿਕਾਰ ਕੀਤਾ ਰਾਜੇ ਨੇ, ਸਾਰੀ ਪਰਜਾ ਦੇ ਸਾਹਮਣੇ ਦੱਸਿਆ ਵੀ ਮੈਂ ਭੁੱਲ ਗਿਆ ਸੀ ਰਾਹ, ਇਹਨੇ ਮੈਨੂੰ ਭੁੱਲੇ ਨੂੰ ਰਾਹ ਪਾਇਆ, ਤੇ ਦੂਜੀ ਗੱਲ ਇਹਨੇ ਮੈਨੂੰ ਪਿਆਸੇ ਨੂੰ ਪਾਣੀ ਬਚਾਇਆ, ਪਾਣੀ ਪਿਆ ਕੇ ਮੇਰੀ ਜਾਨ ਬਚਾਈ। ਇਨਾਮ ਦੇਣਾ ਲੈ ਵੀ ਲੱਕੜਹਾਰਿਆ, ਐਵੇਂ ਲੱਕੜਾਂ ਕੱਟ ਕੱਟ ਵੇਚਦਾ ਰਹਿੰਦਾ, ਕਦੇ ਕਿਤੋਂ ਕਦੇ ਕਿਤੋਂ, ਫਲਾਣੇ ਥਾਂ ਤੇ 5 ਕਿੱਲਿਆਂ 'ਚ ਬਾਗ ਹੈ, ਉਹ ਅੱਜ ਤੋਂ ਤੇਰਾ, ਚੰਦਨ ਦਾ ਬਾਗ। ਹੁਣ 5 ਕਿੱਲੇ ਲੱਕੜ, ਚੰਦਨ ਦਾ ਬਾਗ ਰਾਜੇ ਨੇ ਦੇਤਾ, ਪਰ ਸੱਚੀ ਗੱਲ ਇਹ ਹੈ ਵੀ ਲੱਕੜਹਾਰੇ ਨੂੰ ਇਹ ਨਹੀਂ ਸੀ ਪਤਾ ਵੀ ਚੰਦਨ ਦੀ ਲੱਕੜ ਹੁੰਦੀ ਕੀ। ਉਹ ਜਿੱਥੇ ਦੱਸਿਆ ਸੀ ਚਲਿਆ ਗਿਆ, ਕੁਹਾੜਾ ਲੈ ਲਿਆ, ਵੱਢ ਵੱਢ ਕੇ ਲਾ ਤੇ ਢੇਰ, ਗੁਰਮੁਖੋ ਢੇਰ ਲਾ ਤੇ, ਜਿੰਨੀਆਂ ਕੁ ਲੱਕੜਾਂ ਸੁੱਕੀਆਂ ਕਰਨ ਉਹਨਾਂ ਨੂੰ ਮਚਾ ਕੇ ਕੋਲੇ ਬਣਾ ਲਿਆ ਕਰੇ। ਉਹਦਾ ਕੰਮ ਕੋਲੇ ਵੇਚਣ ਦਾ ਸੀ, ਕੋਲੇ ਵੇਚਦਾ ਹੁੰਦਾ, ਕਿਉਂਕਿ ਅੱਗੇ ਪ੍ਰੈਸਾਂ ਵਿੱਚ ਕੋਲੇ ਪੈਂਦੇ, ਗੱਡੀਆਂ 'ਚ ਕੋਲਾ ਪੈਂਦਾ, ਕੋਲੇ ਨਾਲ ਕਿੰਨਾ ਕੰਮ ਚੱਲਦਾ, ਆ ਬਿਜਲੀ ਕੋਲੇ ਨਾਲ ਬਣਦੀ ਹੈ, ਉਹ ਵੀ ਕੋਲੇ ਵੇਚਦਾ ਹੁੰਦਾ ਉਸ ਸਮੇਂ ਮੁਤਾਬਕ। ਹੁਣ ਚੰਦਨ ਦੀਆਂ ਲੱਕੜਾਂ ਵੱਢ ਵੱਢ ਕੇ ਕੋਲੇ ਦੀ ਪੰਡ ਤਿਆਰ ਕਰਦਾ, ਬਾਜ਼ਾਰ 'ਚ ਵੇਚ ਆਉਂਦਾ, ਅਤੇ ਜਿਹੜਾ ਖਰੀਦਦਾਰ ਸੀ ਉਹ 2-4 ਕੌਡੀਆਂ ਮੁੱਲ ਦੇ ਦਿਆ ਕਰੇ ਰੋਜ਼ ਦੀ ਤਰ੍ਹਾਂ। ਇੱਕ ਦਿਨ ਕੁਹਾੜੇ ਦਾ ਬਾਹਾਂ ਟੁੱਟ ਗਿਆ ਦਸਤਾ, ਅਤੇ ਲੱਕੜਹਾਰੇ ਨੇ ਉੱਥੋਂ ਹੀ ਚੰਦਨ ਦੀ ਲੱਕੜ ਦਾ ਕੁਹਾੜੇ 'ਚ ਦਸਤਾ ਪਾ ਲਿਆ, ਬਾਹਾਂ ਪਾ ਲਿਆ, ਰੋਜ਼ ਲੱਕੜਾਂ ਵੱਢਦਾ। ਕਈ ਸਾਲ ਲੰਘ ਗਏ, ਇੱਕ ਦਿਨ ਫਿਰ ਐਸਾ ਆਇਆ ਲੱਕੜ ਮੁੱਕ ਗਈ ਗੁਰਮੁਖ, ਜਿਹੜਾ 5-4 ਕਿੱਲਿਆਂ 'ਚ ਬਾਗ ਸੀ ਲੱਕੜ ਖਤਮ ਹੋ ਗਈ। ਹੁਣ ਅੱਜ ਮਨ 'ਚ ਸੋਚਦਾ ਹੈ, ਕਹਿੰਦਾ ਲੱਕੜ ਤਾਂ ਮੁੱਕ ਗਈ, ਕੱਲ੍ਹ ਨੂੰ ਕਿਤੇ ਹੋਰ ਜਾਣਾ ਪੈਣਾ ਹੈ, ਅੱਗੇ ਤਾਂ ਕੁਹਾੜਾ ਇੱਥੇ ਧਰ ਚੱਲਦੇ ਸੀ, ਅੱਜ ਮੋਢੇ 'ਤੇ ਧਰ ਲਿਆ, ਨਾਲ ਲੈ ਕੇ ਚੱਲਣਾ, ਕਹਿੰਦਾ ਕੱਲ੍ਹ ਨੂੰ ਕੀ ਪਤਾ ਕਿੱਧਰ ਨੂੰ ਜਾਣਾ ਪੈ ਜਾਵੇ। ਗਿਆ, ਰੋਜ਼ਾਨਾ ਦੀ ਤਰ੍ਹਾਂ ਪੰਡ ਦੁਕਾਨ 'ਤੇ ਰੱਖਤੀ, ਅਤੇ ਬਾਣੀਏ ਨੇ 2-4 ਕੌਡੀਆਂ ਮੁੱਲ ਦੇ ਤਾ। ਪਰ ਜਦੋਂ ਮਾਇਆ ਫੜਨ ਬਾਣੀਏ ਸੇਠ ਦੇ ਨੇੜੇ ਹੋਇਆ ਨਾ, ਉਹਨੂੰ ਪਤਾ ਲੱਗ ਗਿਆ, ਖੁਸ਼ਬੋ ਆਈ, ਕਹਿੰਦਾ ਲੱਕੜਹਾਰਿਆ ਆ ਕੁਹਾੜਾ ਦਿਖਾ ਨਾ ਜ਼ਰਾ। ਲੱਕੜਹਾਰੇ ਨੇ ਦਿਖਾਤਾ, ਉਹ ਸੇਠ ਨੂੰ ਪਛਾਣ ਸੀ, ਉਹ ਪਛਾਣ ਗਿਆ, ਕਹਿੰਦਾ ਲੱਕੜਹਾਰਿਆ ਆ ਜਿਹੜਾ ਤੇਰੇ ਕੁਹਾੜੇ ਵਿੱਚ ਬਾਹਾਂ ਇਹ ਮੈਨੂੰ ਦੇ ਦੇ, ਤੇ ਜਿੰਨੀ ਮੂੰਹੋਂ ਮੰਗ ਲੈ ਮੈਂ ਤੈਨੂੰ ਮਾਇਆ ਦੇ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੱਕੜਹਾਰਾ ਕਹਿੰਦਾ ਸੇਠ ਜੀ ਇਹ ਲੱਕੜ ਇਹਦੇ 'ਚ ਇਹੋ ਜਿਹਾ ਕੀ ਦੇਖ ਲਿਆ ਤੁਸੀਂ, ਮੂੰਹੋਂ ਮੰਗੀ ਮਾਇਆ ਦੇਣ ਨੂੰ ਤਿਆਰ ਹੋ। ਸੇਠ ਕਹਿੰਦਾ ਇਹ ਤਾਂ ਚੰਦਨ ਦੀ ਲੱਕੜ ਹੈ, ਵਾਲਿਆਂ ਨੇ ਤਾਂ ਦੇਖੀ ਹੋਈ ਨਹੀਂ ਹੋਣਾ ਚੰਦਨ, ਇਹ ਤਾਂ ਚੰਦਨ ਦੀ ਲੱਕੜ ਹੈ, ਬਹੁਤ ਕੀਮਤੀ ਹੈ, ਤਾਂ ਕਿਹਾ ਵੀ ਮੂੰਹੋਂ ਮੰਗੀ ਮਾਇਆ ਦੇ ਦੂੰ, ਦੇ ਦੇ ਮੈਨੂੰ। ਲੱਕੜਹਾਰਾ ਕਹਿੰਦਾ ਇਹ ਜਿਹੀਆਂ ਲੱਕੜਾਂ ਦਾ ਤਾਂ ਪੂਰਾ ਬਾਗ ਸੀ ਮੇਰੇ ਕੋਲ,
ਮੈਂ ਇਹਨਾਂ ਨੂੰ ਮਚਾ ਮਚਾ ਕੇ ਕੋਲੇ ਬਣਾ ਕੇ ਲਿਆਉਣਾ, ਤੁਸੀਂ ਦੋ ਕੌਡੀਆਂ ਮਸਾਂ ਦਿੰਦੇ ਹੋ। ਸੇਠ ਕਹਿੰਦਾ ਫਿਰ ਤਾਂ ਮੂਰਖ ਹੀ ਨਿਕਲਿਆ ਤੂੰ। ਉਹ ਕਮਲਿਆ, ਚੰਦਨ ਦੀ ਲੱਕੜ ਦਾ ਬਾਗ 4-5 ਕਿੱਲਿਆਂ ਦਾ ਤੂੰ ਕੋਲੇ ਬਣਾ ਬਣਾ ਵੇਚਤਾ। ਜੇ ਕਿਤੇ ਇਸ ਲੱਕੜ ਨੂੰ ਬਿਨਾਂ ਕੋਲੇ ਬਣਾਏ ਸਹੀ ਸਲਾਮਤ ਵੇਚਦਾ, ਅੱਜ ਤੇਰੇ ਵਰਗਾ ਅਮੀਰ ਨਹੀਂ ਸੀ ਹੋਣਾ ਕੋਈ। ਆਖੋ ਸਤਨਾਮ। ਫਿਰ ਪਛਤਾਉਂਦਾ ਹੈ, ਫਿਰ ਪਛਤਾਉਂਦਾ ਹੈ। ਪਰ ਸਿਆਣੇ ਕਹਿੰਦੇ ਆ ਪਿੱਛੋਂ ਪਛਤਾਇਆ ਤੋਂ ਕੀ ਬਣਦਾ ਭਾਈ। ਇਹ ਹੁਣ ਕਹਾਣੀ ਤੁਸੀਂ ਸੁਣ ਲਈ, ਇਹ ਆਪਣੇ ਤੇ ਆਉਂਦੀ ਹੈ ਗੱਲ। ਪਰਮਾਤਮਾ ਇੱਕ ਰਾਜਾ ਹੈ, 84 ਲੱਖ ਜੂਨਾਂ 'ਚ ਭਟਕਦਿਆਂ ਹੋਇਆਂ ਨੂੰ ਤਰਸ ਕਰਕੇ ਉਹਨੇ ਮਨੁੱਖ ਬਣਾ ਕੇ ਭੇਜਤਾ, ਅਤੇ ਜਿਹੜੇ ਸਵਾਸ ਨੇ ਇਹ ਤਾਂ ਚੰਦਨ ਦੀ ਲੱਕੜ ਤੋਂ ਵੀ ਬਹੁਤ ਮਹਿੰਗੇ ਹੈ। ਜਦੋਂ ਕੋਈ ਪ੍ਰਾਣੀ ਚੱਲਿਆ ਜਾਂਦਾ ਹੈ, ਸਾਰੀ ਜ਼ਮੀਨ ਵੇਚ ਕੇ ਮਾਇਆ ਲੈ ਜਾਓ, ਘਰ ਵੇਚ ਕੇ ਮਾਇਆ ਲੈ ਜਾਓ, ਡਾਕਟਰ ਨੂੰ ਕਹੋ ਵੀ 2-4 ਸਾਹ ਪਾ ਦਿਉ, ਇਹ 'ਚ ਗੱਲ ਕਰਾ ਦਿਉ, ਸਾਡੀ ਮਰੇ ਹੋਏ 'ਚ ਸਾਹ ਪਾ ਕੇ, ਕੋਈ ਹੈਗਾ ਐਸਾ? ਸਾਰੀ ਦੁਨੀਆਂ ਦੀ ਮਾਇਆ ਦੇ ਕੇ ਵੀ ਮਰੇ ਹੋਏ 'ਚ ਸਾਹ ਪਾ ਕੇ ਸਾਡੀ ਗੱਲ ਨਹੀਂ ਕਰਾ ਸਕਦੇ ਗੁਰੂ। ਇੰਨੇ ਮਹਿੰਗੇ ਆ ਸਵਾਸ, ਪਰ ਆਪਾਂ ਇਹਨਾਂ ਸਵਾਸਾਂ ਨੂੰ ਨਿੰਦਾ ਚੁਗਲੀ, ਲੜਾਈਆਂ ਝਗੜੇ, ਹੋਰ ਕੰਮਾਂ 'ਚ ਹੀ ਗਵਾਈ ਜਾਂਦੇ, ਉਹਦੀ ਕਦਰ ਨਹੀਂ ਪੈਣੀ ਗੁਰੂ। ਜਿਹੜਾ ਕੋਈ ਸਵਾਸ ਐਂ ਸਤਸੰਗ ਵਿੱਚ ਬਹਿ ਕੇ ਸੇਵਾ ਕਰਕੇ ਜਾਂ ਸੰਸਾਰ ਦੇ ਭਲੇ ਵਾਸਤੇ ਲਾਏ ਹੁੰਦੇ ਹੈ, ਉਹਨਾਂ ਦਾ ਮੁੱਲ ਲੱਕੜਹਾਰੇ ਦੇ ਕੁਹਾੜੇ ਦੇ ਬਾਹੇ ਦੀ ਤਰ੍ਹਾਂ ਜਦੋਂ ਰੱਬ ਦੀ ਦਰਗਾਹ 'ਚ ਪਊਗਾ ਨਾ, ਉਦੋਂ ਆਪਾਂ ਨੂੰ ਵੀ ਪਛਤਾਉਣਾ ਪੈ ਜੂ। ਆਖੋ ਸਤਨਾਮ। ਇਹ ਤਾਂ ਫਿਰ ਮਗਰੋਂ ਹੀ ਵਿਚਾਰਾਂ ਹੁੰਦੀਆਂ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ, ਕੀਤੀ ਨਾ ਵਿਚਾਰ ਹੋਏ ਮਨਾ। ਚੰਦਨ ਬਾਗ ਦੇ ਬਣਾ ਲੇ ਕੋਲੇ।
ਮਗਰੋਂ ਪਛਤਾਵਾ ਹੀ ਨਾ ਰਹਿ ਜੇ। ਇਸ ਕਰਕੇ ਜਿਹੜਾ ਸਵਾਸਾਂ ਰੂਪੀ ਚੰਦਨ ਦਾ ਬਾਗ ਮਿਲਿਆ ਇਹਨੂੰ ਅਜਾਈ ਨਾ ਗਵਾਓ, ਆਖੋ ਸਤਨਾਮ। ਚੰਗੇ ਇਨਸਾਨ ਆਪਾਂ ਬਣਨਾ, ਇਹੀ ਸਤਿਗੁਰੂ ਮਹਾਰਾਜ ਦੀ ਸਾਨੂੰ ਸਿੱਖਿਆ ਭਾਈ। ਸੋ ਆਓ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬੜੇ ਪਿਆਰ ਅਦਬ ਨਾਲ ਬੈਠ ਕੇ ਆਪ ਜੀ ਨੇ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸ ਸਰਵਣ ਕੀਤਾ ਹੈ, ਅਤੇ ਕੋਟਾਨਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਦਾਸਰਿਆਂ ਦੇ ਸਿਰ 'ਤੇ ਹੱਥ ਰੱਖ ਕੇ ਇਹ ਕੀਰਤਨ ਦੀ ਸੇਵਾ ਕਰਵਾਈ। ਕੀਤਾ ਨਹੀਂ ਜਾ ਰਿਹਾ, ਉਹਨਾਂ ਦੀ ਕਿਰਪਾ ਨਾਲ ਹੋ ਰਿਹਾ ਗੁਰਮੁਖ ਪਿਆਰਿਓ। ਸੋ ਮਹਾਰਾਜ ਕਿਰਪਾ ਕਰੇ, ਪੜ੍ਹਿਆ ਸੁਣਿਆ ਪ੍ਰਵਾਨ ਹੋਵੇ, ਸਭ ਦੇ ਘਰਾਂ ਵਿੱਚ ਗੁਰਸਿੱਖੀ ਆਵੇ। ਨਸ਼ੇ ਪੱਤਿਆਂ ਦਾ ਤਿਆਗ ਕਰੋ, ਨਿੰਦਾ ਚੁਗਲੀ ਦਾ ਤਿਆਗ ਕਰੋ, ਵਿਹਲਾ ਸਮਾਂ ਨਾ ਗਵਾਇਆ ਕਰੋ, ਕੋਈ ਨਾ ਕੋਈ ਕੰਮ ਧੰਦਾ ਘਰ ਦੀ ਸਾਫ਼ ਸਫਾਈ ਕਰ ਲਓ, ਨਹੀਂ ਤਾਂ ਭਜਨ ਕਰ ਲਿਆ ਕਰੋ, ਕੋਈ ਵਿੱਦਿਆ ਪੜ੍ਹੋ, ਧਰਮ ਗ੍ਰੰਥ ਪੜ੍ਹੋ। ਇਸੇ ਵਿੱਚ ਹੀ ਜੀਵਨ ਸਫਲ ਹੋਣਾ ਹੈ, ਅਤੇ ਸੰਸਾਰ ਦੀ ਜਿੰਨੀ ਕੁ ਹੋ ਜੇ ਸੇਵਾ ਜ਼ਰੂਰ ਕਰਿਆ ਕਰੋ। ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈ ਹੈ। ਜਿਹੜੀ ਗੁਰੂ ਘਰ ਵਿੱਚ ਆ ਕੇ ਸੇਵਾ ਕਰਦੇ ਹੋ, ਕੋਈ ਮੰਦਰ ਜਾਂਦਾ, ਕੋਈ ਮਸੀਤ ਜਾਂਦਾ, ਧਰਮ ਸਥਾਨ 'ਤੇ ਸੇਵਾ ਕਰਨੀ, ਮਹਾਰਾਜ ਕਹਿੰਦੇ ਗੁਰ ਸੇਵਾ 'ਤੇ ਮਨ ਨਿਰਮਲ ਹੋਵੇ, ਫਿਰ ਮੈਲ ਨਾ ਲੱਗਿਆ ਆਏ। ਇੱਥੇ ਆ ਕੇ ਮਨ ਨਿਰਮਲ ਕਰਨਾ ਹੈ। ਜਿਵੇਂ ਇੱਥੇ ਆਉਂਦੇ ਹੋ ਨਾ, ਕੋਈ ਵੀ ਆ ਜੇ ਆਪਾਂ ਉਹਨੂੰ ਸ਼ਰਧਾ ਨਾਲ ਲੰਗਰ ਛਕਾਵਾਂਗੇ, ਹੱਥ ਜੋੜ ਕੇ ਸਤਿਕਾਰ ਕਰਾਂਗੇ, ਜਿਵੇਂ ਇੱਥੇ ਆ ਕੇ ਕਰਦੇ ਹੋ। ਸੰਸਾਰ ਵਿੱਚ ਵੀ ਇਹੀ ਸਮਝਣਾ, ਗੁਰ ਮੇਰਾ ਸੰਗ ਸਦਾ ਹੈ, ਕਿ ਹਰ ਥਾਂ ਗੁਰੂ ਅੰਗ ਸੰਗ ਹੈ। ਇੱਥੇ ਸੋਚਦੇ ਹਾਂ ਨਾ ਵੀ ਹੱਥ ਸੁੱਚੇ ਕਰੀਏ, ਕਿਸੇ ਨੂੰ ਝੂਠ ਕਾਹਨੂੰ ਖਵਾਉਣੀ ਹੈ, ਬਾਹਰ ਵੀ ਝੂਠ ਝੂਠ ਤੋਂ ਆਪਾਂ ਬਚਣਾ ਗੁਰੂ, ਨਾ ਝੂਠ ਬੋਲੋ, ਨਾ ਝੂਠ ਕਿਸੇ ਦੀ ਖਾਓ, ਨਾ ਹੀ ਕਿਸੇ ਨੂੰ ਖਵਾਓ ਗੁਰੂ, ਇਹ ਗੁਰੂਆਂ ਦੇ ਬਚਨ ਹੈ। ਸੋ ਲਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਨਗਰ ਦੀ ਸੰਗਤ, ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਜਿੰਨੇ ਵੀ ਆਏ ਹੋ, ਸਭ ਨੂੰ ਜੀ ਆਇਆਂ ਨੂੰ ਕੋਟਾਨਕੋਟ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਾਂ ਨੂੰ ਦਰਸ਼ਨ ਵੀ ਦਿੱਤੇ, ਅਤੇ ਇਹਨਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪਾਂ ਰਲ ਮਿਲ ਕਰਕੇ ਕੀਤੀ ਹੈ। ਮਹਾਰਾਜ ਨੇ ਇਹ ਸਮਾਂ ਸਤਸੰਗ ਦੀਆਂ ਘੜੀਆਂ ਦਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਹੁਣ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਾਦਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ। ਕਾਰਜ ਸਭ ਸਵਾਰਣਾ,
ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਹੀਂ ਕਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਜੀ ਸਭ ਦੁੱਖ ਨੇੜੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸੁਪਾਗੈ ਕਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਦ ਵਾਸ ਕੀਤੇ ਕਾਲ ਕੰਠ ਕੁਮਾਰਿਆ ਪੁਰ ਕਰਮ ਪਾਇਆ ਤੁਦ ਜਿਨ ਕਉ ਤੇ ਨਾਮ ਹਰਿ ਕੈ ਲਾਗੇ ਸੁਣੋ ਮਨ ਭਾਗੀਓ ਸਗਲ ਮਨੋਰਥ ਪੂਰੇ ਪਾਰ ਮੈਂ ਸਭ ਪਾਇਆ ਉਤਰੇ ਸਗਲ ਰਸੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ ਸਾਧਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਸ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਨਵੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਪਿਆਇਆ ਗਏ ਮਸੰਦਨ ਕਾਲ ਨਾਨਕ ਦੇ ਮੁਖ ਉਜਲੇ ਗੇਤੀ ਛੁੱਟੀ ਨਾਲ ਜਿਨੀ ਨਾਮ ਪਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ